ਇਹ ਇਹ ਕਹਿਣਾ ਸੀ ਪਿੰਡ ਵਾਲਿਆਂ ਦਾ ਕਿ ਕੁੜੀਆਂ ਨੂੰ ਜ਼ਿਆਦਾ ਨਹੀਂ ਪੜਾਉਣਾ ਚਾਹੀਦਾ ਵਿਗੜ ਜਾਂਦੀਆਂ ਇਹੇ ਸ਼ਬਦ ਵਰਤਿਆ ਜਾਂਦਾ ਸੀ ਤੇ ਮੰਮੀ ਮੈਨੂੰ ਕਹਿੰਦੇ ਆਖੇ ਕਹਿੰਦੇ ਬਿਟੇ ਕਿ ਚੱਪਲਾ ਪਾ ਲਾ ਆਪਾਂ ਕਿ ਬਾਜ਼ਾਰ ਜਾਣਾ ਮੈਨੂੰ ਬੜੀ ਖੁਸ਼ੀ ਹੋ ਗਈ ਕਿ ਕੁੜੀਆਂ ਨੂੰ ਕਿੱਥੇ ਬਾਜ਼ਾਰ ਬਜ਼ੂਰ ਲੈ ਕੇ ਜਾਂਦੇ ਸੀਗੇ ਜੀ ਤੇ ਮੈਨੂੰ ਬੜੀ ਖੁਸ਼ੀ ਵੀ ਮੰਮੀ ਬਾਜ਼ਾਰ ਲੈ ਕੇ ਚੱਲੇ ਮੈਨੂੰ ਕਹਿੰਦੇ ਤੇਰਾ ਸਵੇਰੇ ਵਿਆਹ ਹੈ ਤੇ ਆਪਾਂ ਸੂਟ ਪਸੰਦ ਕਰਕੇ ਆਣਾ ਸਾਡੇ ਘਰ ਨੇ ਇੱਕ ਕਨੈਕਟਰ ਸੀਗਾ ਜਿੱਦਾਂ ਗੱਡੀ ਤੇ ਡੇੜੀ ਦੇ ਨਾਲ ਜਾਂਦਾ ਹੁੰਦਾ ਸੀ ਉਹ ਤਿੰਨ ਗੋਜ ਮੇਰੇ ਕੋਲ ਆ ਗਿਆ ਹਾਂਜੀ ਮੈਨੂੰ ਕਹਿੰਦਾ ਦੱਸ ਸਾਬ ਮੈਨੂੰ ਕਹਿੰਦਾ ਦੱਸ ਸਕਦਾ ਕਿ ਮੈਂ ਕਿੱਥੇ ਜਾਣਾ ਕਹਿੰਦਾ ਤੇਰਾ ਵਿਆਹ ਰੱਖਤਾ ਕਹਿੰਦਾ ਯਾਰ ਜਦੋਂ ਮੈਨੂੰ ਡੋਲੀ 'ਚ ਬਿਠਾਉਣ ਲੱਗੇ ਬਸ ਘੰਟੇ ਦੋ ਦੇ ਵਿੱਚ ਸਾਰਾ ਕੰਮ ਹੋ ਗਿਆ ਫਿਰ ਉਦੋਂ ਮੈਂ ਇਹਨਾਂ ਨੂੰ ਦੇਖਿਆ ਹੁਣ ਤਾਂ ਤੁਸੀਂ ਦੇਖੋ ਜੇ ਇੰਨੀ ਛੇਤੀ ਕਿਸੇ ਨੂੰ ਤੁਸੀਂ ਗਵੰਡੀ ਨੂੰ ਵੀ ਵਿਆਹ ਦਾ ਸੱਦਾ ਦੰਨੇ ਉਹ ਵੀ ਨਹੀਂ ਅਗਲਾ ਆਉਂਦਾ ਅਗਲਾ ਕਹਿੰਦਾ ਕਿ ਮੈਂ ਤਾਂ ਕੱਪੜੇ ਸੁਵਾਉਣੇ ਸੀ ਕੋਈ ਤਿਆਰੀ ਕਰਨੀ ਸੀ 9 ਵਜੇ ਸੀ ਕਹੇ ਕਰੋ ਜੀ ਤੇ 10:30 11:00 ਤਾਂ ਵੱਜੇ ਨਹੀਂ ਹੋਣਗੇ ਇੱਕ ਘੰਟੇ ਦੀ ਮੂਵੀ ਬਣੀ ਮਸਮਸਾਂ ਦੇ ਇੱਕ ਘੰਟੇ ਸੀ ਕਾਰ ਵੀ ਆ ਗਈ ਤੇ ਮਰਾਦ ਦੇ ਵਿੱਚ ਬਣੇ ਦੇਖੋ ਇੱਕ ਕਾਰ ਹਾਂਜੀ ਤੇ ਇੱਕ ਟਰੱਕ ਵਿੱਚ ਟਰੈਕਟਰ ਬਿੱਚੇ ਸਾਈਕਲ ਇਸ ਤਰ੍ਹਾਂ ਬਰਾਤੀ ਗਏ ਤੁਹਾਡੇ ਆਰਥਿਕ ਹਾਲਾਤ ਕਿਵੇਂ ਦੇ ਸੀ ਉਸ ਵਕਤ ਜਦੋਂ ਇਹਨਾਂ ਨਾਲ ਤੁਹਾਡਾ ਰਿਸ਼ਤਾ ਬਹੁਤ ਮਾੜੇ ਸੀਗੇ ਬਹੁਤ ਜ਼ਿਆਦਾ ਇੰਨੀ ਗਰੀਬੀ ਦੇਖੀ ਬਹੁਤ ਜ਼ਿਆਦਾ ਦੇਖੀ ਸੀ ਉਹ ਹੈ ਉਜਾੜੇ ਵੇਲੇ ਆਏ ਆ ਜੀ ਉਧਰ ਸਾਡੇ ਬੇਬੇ ਜੀ ਦੱਸਦੇ ਹੁੰਦੇ ਆ ਕਿ ਐਨਾ ਸਮਰਿੱਧ ਪਰਿਵਾਰ ਸੀਗਾ ਕਿ ਪਿੰਡਾਂ ਦੇ ਪਿੰਡ ਇਹਨਾਂ ਦੇ ਕੋਲ ਸੀਗੇ ਪਰ ਜਦੋਂ ਉੱਥੋਂ ਉੱਜੜ ਕੇ ਆਏ ਤਾਂ ਉਦੋਂ ਕੋਲ ਕੁਝ ਵੀ ਨਹੀਂ ਸੀਗਾ ਤੈਨੂੰ ਯਾਦ ਆ ਕਿ ਡਰਾਈਵਰਾਂ ਕਨੈਕਟਰਾਂ ਦੀ ਰੋਟੀ ਬਣਾ ਕੇ ਤੰਦੂਰ ਤੇ ਰੋਟੀ ਬਣਾ ਕੇ ਮੈਂ ਦੁਪਹਿਰ ਵਾਲੀ ਤਾਂ ਫਿਰ ਪੇਪਰ ਦੇਣ ਜਾਂਦੀ ਹੁੰਦੀ ਸੀਗੀ ਜੀ ਪਹਿਲਾਂ ਵੀ ਸੰਤੋਸ਼ਤ ਸੀ ਖੁਸ਼ ਸੀ ਤੇ ਹੁਣ ਪਹਿਲਾ ਨਾਲੋਂ ਵੀ ਜੀ ਸਤਿ ਸ਼੍ਰੀ ਅਕਾਲ ਮੇਰੇ ਪਿੰਡ ਦੇ ਘਰ ਸੰਦੂ ਪ੍ਰੋਗਰਾਮ ਲੈ ਕੇ ਹਾਜ਼ਰ ਆ ਮੋਹੱਬਤ ਨਾਮਾ ਅਕਸਰ ਤੁਸੀਂ ਕੁੜੀਆਂ ਨੂੰ ਕਹਿੰਦੇ ਸੁਣਿਆ ਹੋਵੇਗਾ ਕਿ ਵਿਆਹ ਤੋਂ ਬਾਅਦ ਮੇਰੀ ਜ਼ਿੰਦਗੀ ਪੂਰੀ ਤਰ੍ਹਾਂ ਤਬਦੀਲ ਹੋ ਗਈ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਉਹ ਕਰਨੀਆਂ ਪੈਗੀਆਂ ਜੋ ਪਿੱਕੇ ਘਰ ਕਦੀ ਵੀ ਨਹੀਂ ਸੀ ਕਰੀਆਂ ਜਾਂ ਬਹੁਤ ਸਾਰੀਆਂ ਕੁੜੀਆਂ ਇਹ ਵੀ ਕਹਿ ਦਿੰਦੀਆਂ ਨੇ ਕਿ ਜਦੋਂ ਵਿਆਹ ਤੋਂ ਪਹਿਲਾਂ ਸਾਡੇ ਮਾਪਿਓ ਸਾਨੂੰ ਕਹਿੰਦੇ ਹੁੰਦੇ ਨੇ ਕਿ ਤੂੰ ਬੇਗਾਨੇ ਘਰ ਜਾਣਾ ਹੈ ਤੇ ਉਸ ਘਰ ਜਾ ਕੇ ਜੋ ਤੇਰੀ ਮਰਜ਼ੀ ਹੋ ਉਹੀ ਕਰੀ ਪਰ ਜਦੋਂ ਉਸ ਘਰ ਚ ਪੈਰ ਪਾਈਦਾ ਤਾਂ ਮਾਹੌਲ ਜਾਂ ਹਾਲਾਤ ਬਿਲਕੁਲ ਵੱਖਰੇ ਹੁੰਦੇ ਨੇ ਪਰ ਜੇ ਕੋਈ ਕੁੜੀ ਤੁਹਾਨੂੰ ਕਵੇ ਕਿ ਵਿਆਹ ਤੋਂ ਬਾਅਦ ਮੇਰੀ ਜ਼ਿੰਦਗੀ ਪੇਕੇ ਘਰ ਨਾਲੋਂ ਬੇहद ਜ਼ਿਆਦਾ ਸੁਖਾਵੇਂ ਸੀ ਇਸ ਘਰ ਚ ਮੈਨੂੰ ਬਹੁਤ ਮੁਹੱਬਤ ਵਾਲਾ ਮਾਹੌਲ ਮਿਲਿਆ ਉਹ ਸਭ ਕੁਝ ਕਰਨ ਨੂੰ ਮਿਲਿਆ ਜੋ ਮੇਰਾ ਮਨ ਕਰਦਾ ਸੀ ਤਾਂ ਜ਼ਰੂਰ ਲੱਗਦਾ ਹੈ ਕਿ ਇਹੋ ਜੇ ਮੁਹੱਬਤ ਨਾਮੇ ਤੁਹਾਨੂੰ ਦਿਖਾਉਣੇ ਬਹੁਤ ਜ਼ਿਆਦਾ ਜ਼ਰੂਰੀ ਹੁੰਦੇ ਨੇ ਪਰ ਸਿਰਫ ਇਸ ਗੱਲ ਕਰਕੇ ਮੁਹੱਬਤ ਨਾਮਾ ਨਾ ਵੇਖਿਓ ਉਹਨਾਂ ਨੇ ਨਾਲ ਦੀ ਨਾਲ ਇਹ ਵੀ ਕਿਹਾ ਕਿ ਮੇਰੇ ਬਹੁਤ ਸਾਰੇ ਸੈਕਰੀਫਾਈਸ ਸੀਗੇ ਜਿਨ੍ਹਾਂ ਨੇ ਮੇਰੀ ਇਸ ਘਰ 'ਚ ਇੱਕ ਖਾਸ ਥਾਂ ਬਣਾਈ ਤੇ ਨਾਲ ਦੀ ਨਾਲ ਉਹ ਕ੍ਰੈਡਿਟ ਦਿੰਦੇ ਨੇ ਆਪਣੇ ਜੀਵਨ ਸਾਥੀ ਨੂੰ ਕਿ ਉਹਨਾਂ ਨੇ ਇੱਕ ਪਤੀ ਹੋਣ ਤੋਂ ਬਾਅਦ ਇੱਕ ਦੋਸਤ ਵਰਗੀ ਜ਼ਿੰਮੇਵਾਰੀ ਨਾਲ ਉਹਨਾਂ ਨੂੰ ਅੱਗੇ ਵਧਣ ਲਈ ਬੇਹੱਦ ਜ਼ਿਆਦਾ ਹੌਸਲਾ ਦਿੱਤਾ ਕਹਿੰਦੇ ਕਿ ਮੈਂ ਸੁਭਾਅ ਤੋਂ ਬਹੁਤ ਜ਼ਿਆਦਾ ਡਰਪੋਕ ਸੀ ਪਰ ਉਹਨਾਂ ਨੇ ਮੈਨੂੰ ਬਹਾਦਰ ਬਣਾਇਆ ਸਭ ਤੋਂ ਵੱਡੀ ਗੱਲ ਕੀ 10ਵੀਂ ਪਾਸ ਕੁੜੀ ਜਦੋਂ ਕਿਸੇ ਦੇ ਘਰੇ ਵਿਆਹ ਕੇ ਆਈ ਤੇ ਅੱਜ ਤੁਸੀਂ ਉਹਨੂੰ ਅਧਿਆਪਕ ਦੇ ਅਹੁਦੇ ਤੇ ਵੇਖਦੇ ਹੋ ਤੇ ਨਾਲ ਬਹੁਤ ਸਾਰੀਆਂ ਡਿਗਰੀਆਂ ਦਾ ਥੱਬਾ ਜਿਹੜਾ ਅੱਜ ਉਹਨੇ ਆਪਣੇ ਇਸ ਮਿਹਨਤ ਨਾਲ ਕਮਾਇਆ ਏ ਉਹ ਵੇਖਦੇ ਹੋ ਤਾਂ ਯਕੀਨਨ ਤੁਹਾਨੂੰ ਲੱਗਦਾ ਹੈ ਕਿ ਵਿਆਹ ਵਰਗਾ ਰਿਸ਼ਤਾ ਇੰਨਾ ਵੀ ਬੁਰਾ ਨਹੀਂ ਹੁੰਦਾ ਜਿੰਨਾ ਅਸੀਂ ਆਪਣੇ ਖਿਆਲਾਂ 'ਚ ਬਣਾ ਲੈਂਦੇ ਆ ਤੇ ਇਸ ਬੜੇ ਹੀ ਕਾਮਯਾਬ ਤੇ ਖੁਸ਼ ਨਸੀਬ ਜੋੜੇ ਦਾ ਨਾਮ ਹੈ ਭੈਣ ਪਰਮਜੀਤ ਕੌਰ ਤੇ ਉਹਨਾਂ ਦੇ ਜੀਵਨ ਸਾਥੀ ਭਪਿੰਦਰ ਸਿੰਘ ਜੀ ਜਿਹੜੇ ਕਿ ਕੋਟਕਪੂਰਾ ਵਿਖੇ ਰਹਿੰਦੇ ਨੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਭੈਣ ਅਧਿਆਪਨ ਦੇ ਕਿੱਤੇ ਨਾਲ ਜੁੜੇ ਹੋਏ ਨੇ ਤੇ ਭਾਜੀ ਆਪਣਾ ਬਿਜ਼ਨਸ ਕਰਦੇ ਨੇ ਉਹਨਾਂ ਦਾ ਮੈਡੀਕਲ ਸਟੋਰ ਹੈ ਉਹਨਾਂ ਨੂੰ ਅਸੀਂ ਜੀ ਆਇਆਂ ਕਹਿਣ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਉਹਨਾਂ ਦਾ ਇੱਕ ਬਹੁਤ ਹੀ ਪਿਆਰਾ ਜਿਹਾ ਪੁੱਤਰ ਹੈ ਜਿਹੜਾ ਕਿ ਇਸ ਵਕਤ ਕੈਨੇਡਾ ਸੈਟਲ ਹੈ ਉਹ ਨੋਹ ਵਾਲੇ ਵੀ ਹੋਗੇ ਨੇ ਪਰ ਉਹਨਾਂ ਦੀਆਂ ਛਕਲਾਂ ਵੇਖਣ ਤੋਂ ਬਾਅਦ ਤੁਸੀਂ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਉਹ ਇੰਨੇ ਉਮਰ ਦੇ ਨੇ ਤੇ ਉਹਨਾਂ ਦੇ ਘਰ ਇੱਕ ਨੋਹ ਵੀ ਆ ਗਈ ਹੈ ਕਿਉਂਕਿ ਬਹੁਤ ਹੀ ਖੂਬਸੂਰਤ ਲੱਗਦੇ ਨੇ ਉਹ ਬੜੀ ਛੋਟੀ ਉਮਰ ਦਾ ਪੁਲੇਖਾ ਪਾਉਂਦੇ ਨੇ ਉਨਨੋ ਅਸੀਂ ਜੀ ਆਇਆਂ ਕਹਨੇ ਆ ਸਤਿ ਸ਼੍ਰੀ ਅਕਾਲ ਤੋਂ ਨੰਦੋਆ ਨੂੰ ਸਤਿ ਸ਼੍ਰੀ ਅਕਾਲ ਰੁਪਿੰਦਰ ਭੈਣ ਜੀ ਐ ਇਸ ਦੀ ਜਦੋਂ ਮੈਂ ਆਈ ਸੀ ਤਾਂ ਮੈਨੂੰ ਸੱਚੀ ਨਹੀਂ ਸੀ ਲੱਗਿਆ ਕਿ ਤੂੰ ਵੀ ਇੰਨੀ ਉਮਰ ਦੇ ਹੋ ਨਾ ਜੀ ਤੇ ਜਦੋਂ ਤੁਸੀਂ ਭਾਜੀ ਨੇ ਦੱਸਿਆ ਕਿ ਹੁਣ ਤਾਂ ਸਾਡੇ ਬੇਟੇ ਦੀ ਇੰਗੇਜਮੈਂਟ ਵੀ ਹੋ ਗਈ ਹੈ ਨਾ ਤਾਂ ਮੈਨੂੰ ਹੋਰ ਵੀ ਜ਼ਿਆਦਾ ਹੈਰਾਨੀ ਹੋਈ ਵੀ ਤੁਹਾਡੇ ਇੰਨੇ ਵੱਡਾ ਬੇਟਾ ਹੈ ਤੇ ਕਿਵੇਂ ਲੰਘ ਰਹੀ ਹੈ ਤੁਹਾਡੀ ਜ਼ਿੰਦਗੀ ਇਸ ਸਟੇਜ ਤੇ ਹੁਣ ਕਿਵੇਂ ਮਤਲਬ ਕਿਵੇਂ ਦਾ ਮਹਿਸੂਸ ਕਰਦੇ ਹੋ ਆਪਣੇ ਆਪ ਨੂੰ ਪਹਿਲਾਂ ਵੀ ਸੰਤੋਸ਼ਤ ਸੀ ਖੁਸ਼ ਸੀ ਤੇ ਹੁਣ ਪਹਿਲਾਂ ਨਾਲੋਂ ਵੀ ਜੀ ਤਾਂ ਮਤਲਬ ਜ਼ਿੰਦਗੀ ਦਾ ਹਰ ਪੜਾ ਮੈਨੂੰ ਵਧੀਆ ਲੱਗਿਆ ਜੀ ਭਾਵੇਂ ਪਹਿਲਾ ਸਮਾਂ ਜਿਹੜਾ ਸੰਘਰਸ਼ ਵਾਲਾ ਸੀ ਪਰ ਉਸ ਸੰਘਰਸ਼ ਦੇ ਵਿੱਚ ਵੀ ਸਵਾਦ ਸੀ ਹਾਂ ਜੀ ਮੈਨੂੰ ਕਰਮਸ਼ੀਲ ਰਹਿਣਾ ਪਸੰਦ ਹੈ ਤਾਂ ਇਸੇ ਤਰ੍ਹਾਂ ਇਹਨਾਂ ਦਾ ਸੁਭਾਅ ਜੀ ਇਹ ਵੀ ਕਰਮਸ਼ੀਲ ਰਹਿਣਾ ਹੀ ਪਸੰਦ ਕਰਦੇ ਆ ਤਾਂ ਇਹ ਸਾਡੇ ਸੁਭਾਅ ਦੀ ਦੋਹਾਂ ਦੀ ਹਸਾਂਜ ਹੈ ਇਹ ਕਹਿੰਦੇ ਹੁੰਦੇ ਆ ਕਿ ਜਿੰਨਾ ਚਿਰ ਜੀਵਨ ਸਾਥੀ ਤੁਹਾਡਾ ਜਿਉਂਦਾ ਨਾ ਉਹਨਾਂ ਚਾਰ ਬੰਦੇ ਨੂੰ ਹਮੇਸ਼ਾ ਸਾਜ ਧਜ ਕੇ ਜਵਾਨੀ ਦਿਸਣਾ ਚਾਹੀਦਾ ਸੀ ਕਿਉਂ ਇਹ ਸੋਚ ਗਏ ਕਿ ਸਾਡੇ ਅੱਜ ਨੌ ਆ ਗਈ ਹੈ ਨਾ ਜਾਂ ਬੇਟਾ ਜਾਨ ਹੋ ਗਿਆ ਤਾਂ ਹਣ ਅਸੀਂ ਬੁਢੇ ਹੋ ਗਏ ਆ ਤਾਂ ਇਹ ਮੈਨੂੰ ਹਮੇਸ਼ਾ ਕਹਿਣਗੇ ਕਿ ਤੂੰ ਇਸ ਤਰ੍ਹਾਂ ਕਦੇ ਨਹੀਂ ਸੋਚਣਾਗਾ ਜਿਵੇਂ ਤੁਸੀਂ ਜਦੋਂ ਮੈਨੂੰ ਇੱਕ ਹਨਾ ਵਰਕਾ ਫੜਾਇਆ ਕਿ ਤੁਸੀਂ ਥੋੜਾ ਜਾਇਦੇ ਤੋਂ ਸਾਡੇ ਬਾਰੇ ਜਾਣ ਲਓ ਤਾਂ ਮੈਨੂੰ ਮਤਲਬ ਜਦੋਂ ਤੁਸੀਂ ਉਹਦੇ ਚ ਲਿਖਿਆ ਕਿ ਸਾਡੇ ਸੁਭਾਅ ਵੀ ਬਿਲਕੁਲ ਅਲੱਗ ਨੇ ਹਨਾ ਤੁਸੀਂ ਕਹਿੰਿਆ ਮੈਂ ਬਹੁਤ ਕੰਬੀਰ ਮਜ਼ਾ ਹਾਂ ਹਾਂ ਕੁਝ ਸਾਂਝਾ ਨੇ ਤੇ ਕੁਝ ਬਿਲਕੁਲ ਤੇ ਪਾਜੀ ਬਹੁਤ ਖੁਸ਼ ਮਜ਼ਾਦ ਨੇ ਹਨਾ ਤਾਂ ਪਾਜੀ ਇੰਨੀ ਕੰਬੀਰ ਕੁੜੀ ਨਾਲ ਤੁਹਾਡੇ ਇਹ 30 ਬਰੇ ਕਿਵੇਂ ਦੇ ਰਹੇ ਨੇ ਹੁਣ ਬਸ ਹੌਲੀ ਹੌਲੀ ਬਸ ਸਮਾਂ ਲੰਘਦਾ ਗਿਆ ਬਸ ਹੀ ਹਾਂਜੀ ਹਾਂਜੀ ਪਲੀਜ਼ ਸਾਂਝਾ ਤੁਸੀਂ ਕਹਿੰਦੇ ਮੈਂ ਘੱਟ ਬੋਲਦਾ ਹਾਂ ਇਹ ਥੋੜਾ ਜ਼ਿਆਦਾ ਬੋਲਦੇ ਹਾਂਗੇ ਹਾਂਜੀ ਥੋੜਾ ਗੁੱਸੇ ਵਾਲੇ ਹੈਗੇ ਆ ਮੈਂ ਥੋੜਾ ਗੁੱਸਾ ਆ ਪੀ ਰਿਹਾ ਨਾ ਬਸ ਇਹੀ ਆਈ ਹੈ ਨਹੀਂ ਇਹ ਤਾਂ ਹਨਰ ਨਾ ਵਿਆਹ ਤੋਂ ਬਾਅਦ ਹਰ ਬੰਦੇ ਨੂੰ ਹੀ ਆ ਜਾਂਦਾ ਨਹੀਂ ਇਹ ਹਸਮੁਖ ਨੇ ਜੀ ਵਕਤ ਸਾਡੇ ਮਤਲਬ ਹੋਰ ਵਖਰੇਵੇਂ ਇਸ ਤਰ੍ਹਾਂ ਨੇ ਕਿ ਖਾਣ ਪੀਣ ਦੀਆਂ ਆਦਤਾਂ ਵਿੱਚ ਵੀ ਫਰਕ ਹੈ ਜਿਹੜੀ ਸਬਜੀ ਇਹਨਾਂ ਨੂੰ ਪਸੰਦ ਹੁੰਦੀ ਹੈ ਉਹ ਮੈਨੂੰ ਪਸੰਦ ਨਹੀਂ ਹੁੰਦੀ ਗਈ ਹੈ ਨਾ ਤੇ ਮਨੋਰੰਜਨ ਦੇ ਸਾਧਨ ਵਿੱਚ ਵੀ ਇਸੇ ਤਰ੍ਹਾਂ ਹੀ ਆ ਕਿ ਮੈਂ ਜਿਵੇਂ ਖਬਰਾਂ ਜਾਂ ਕੋਈ ਸੰਜੀਦਾ ਜੇ ਪ੍ਰੋਗਰਾਮ ਜ਼ਿਆਦਾ ਦੇਖਣੇ ਪਸੰਦ ਕਰਦੀ ਆ ਤਾਂ ਇਹ ਕਮੇਡੀ ਜਾਂ ਫਿਲਮਾਂ ਦੇਖਣੀ ਆ ਪਸੰਦ ਕਰਦੇ ਨੇ ਤਾਂ ਕੁਝ ਕਿ ਸਾਂਝਾ ਵੀ ਨੇ ਤੇ ਕੁਝ ਕਿ ਵੱਖਰੇਵੇਂ ਵੀ ਨੇ ਪਰ ਇਸ ਦੇ ਬਾਵਜੂਦ ਵੀ ਸਾਨੂੰ ਬੜਾ ਚੰਗਾ ਲੱਗਦਾ ਜਿਵੇਂ ਇਹਨਾਂ ਦੀ ਪਸੰਦ ਦੀ ਸਬਜੀ ਨਾ ਹੋਵੇ ਤਾਂ ਇਹ ਕਦੇ ਇੰਜ ਨਹੀਂ ਕਹਿੰਦੇਗੇ ਕਿ ਇਹ ਤੂੰ ਕਿਉਂ ਬਣਾਈ ਆ ਕਦੇ ਗੁੱਸਾ ਨਹੀਂ ਕਰਦੇ ਹੁਣ ਇਹਨੇ ਕਰੇਲੇ ਬਣਾ ਲਏ ਨਾ ਬੜਾ ਖੁਸ਼ ਹੁੰਦੇ ਹੈਗੇ ਵੇਦਕ ਰੇਲੇ ਮੈਂ ਬਣਾਏ ਹੈਗੇ ਆ ਉਹਦੇ ਚ ਸਾਨੂੰ ਇਹ ਹੋ ਜਾਂਦਾ ਵੀ ਮੈਂ ਖਾਂਦਾ ਨਹੀਂ ਹੈਗਾ ਮੈਂ ਫਿਰ ਇਸੇ ਕਹਿੰਦਾ ਵੀ ਤੁਹਾਡਾ ਜਿਹੜਾ ਮੀਟ ਬਣਿਆ ਹੈਗਾ ਇਹ ਹਾਂਜੀ ਵੀ ਕਦੇ ਇਹਨਾਂ ਨੇ ਇਸ ਤਰ੍ਹਾਂ ਕਿਸੇ ਵੀ ਗੱਲ ਦੇ ਵਿੱਚ ਗੁੱਸਾ ਨਹੀਂ ਦਿਖਾਇਆ ਹੈਗਾ ਜੇ ਕੋਈ ਚੀਜ਼ ਹੋਵੇ ਤਾਂ ਪਹਿਲਾਂ ਉਹ ਮੈਨੂੰ ਫੜਾਉਣਗੇ ਕਹਿਣਗੇ ਇਹ ਤੂੰ ਖਾ ਲੈ ਪਹਿਲਾਂ ਮੇਰੀ ਪਸੰਦ ਦਾ ਜ਼ਿਆਦਾ ਧਿਆਨ ਰੱਖਦੇ ਤੇ ਮੈਨੂੰ ਮਤਲਬ ਬੱਚਿਆਂ ਵਾਂਗੂ ਜਿਵੇਂ ਟ੍ਰੀਟ ਕਰਨਾ ਨਾ ਤੇ ਇਸ ਤਰ੍ਹਾਂ ਚੰਗਾ ਲੱਗਦਾ ਮੈਨੂੰ ਵੀ ਤੁਹਾਡੇ ਦੋਵਾਂ 'ਚ ਉਮਰ ਦਾ ਕਿੰਨਾ ਫਾਸਲਾ ਹੈ 5 ਸਾਲ ਦਾ 5 ਸਾਲ ਦਾ ਹੈ ਬਸ ਹਾਂਜੀ ਮੇਰੀ ਵਿਆਹ ਵੇਲੇ ਉਮਰ 17 ਸਾਲ ਦੀ ਸੀ ਤੇ ਉਦੋਂ ਸਾਡੇ ਕਿ 22 ਸਾਲ ਦੇ ਸੀਗੇ ਹੂੰ ਮੇਰੀ ਬੁੰਜਾ ਦੀ ਵੀ ਤੁਹਾਡੀ ਹੁਣ ਇੰਨਾ ਫਰਕ ਆ ਗਿਆ ਹਾਂਜੀ 5 ਸਾਲ ਦਾ ਫਰਕ ਬਹੁਤ ਛੋਟੀ ਉਮਰ 'ਚ ਤੁਹਾਡਾ ਵਿਆਹ ਹੋਇਆ ਹੈ ਨਾ ਜੀ ਤੇ ਇਸ ਵਿਆਹ ਦੇ ਪਿੱਛੇ ਕੀ ਕਹਾਣੀ ਸੀ ਕਿਉਂਕਿ ਬਹੁਤ ਮਤਲਬ ਅ ਪੁੱਤ ਪਹਿਲਾਂ ਹੁੰਦਾ ਸੀ ਕਿ ਅੱਜ ਤੋਂ 40 50 ਸਾਲ ਪਹਿਲਾਂ ਲਾ ਸਕਦੇ ਆਂ ਕਿ 17 18 ਸਾਲ ਦੀ ਕੁੜੀ ਦਾ ਵਿਆਹ ਹੈ ਨਾ ਤੇ ਜਦੋਂ ਤੁਹਾਡਾ ਵਿਆਹ ਹੋਇਆ ਅੱਜ ਤੋਂ 30 ਸਾਲ ਪਹਿਲਾਂ ਮੈਨੂੰ ਲੱਗਦਾ ਉਦੋਂ ਬਹੁਤ ਘੱਟ ਸੀਗਾ ਫਿਰ ਵੀ 20 ਕਿ ਸਾਲ ਤੱਕ ਮਤਲਬ ਹੈ ਨਾ ਕੁੜੀ ਦਾ ਵਿਆਹ ਹੁੰਦਾ ਸੀ ਤੇ ਤੁਹਾਡਾ ਬਹੁਤ ਛੋਟੀ ਉਮਰ ਚ ਹੋ ਗਿਆ ਹਾਂਜੀ ਹਾਂ ਇਹਦੇ ਪਿੱਛੇ ਇੱਕ ਕਹਾਣੀ ਮੈਂ ਜ਼ਰੂਰ ਸਾਂਝੀ ਕਰੂੰਗੀ ਜੀ ਤੁਹਾਡੇ ਨਾਲ ਇਹਦੇ ਕਈ ਕਾਰਨ ਸੀਗੇ ਇੱਕ ਮੇਰਾ ਜਿਹੜਾ ਨਾਨਕਾ ਪਰਿਵਾਰ ਹੈ ਉਹ ਜਲਾਲਾਬਾਦ ਪੱਛਮ ਦੇ ਨਾਲ ਇੱਕ ਪਿੰਡ ਹੈ ਪਿੰਡ ਸੈਦੋ ਕਾ ਚੱਕ ਸੈਦੋ ਕਾ ਚੱਕ ਮੇਰੇ ਦਾਦਕੇ ਆ ਤੇ ਪੀਰ ਬਖਸ਼ ਚੋਹਾਨ ਉੱਥੇ ਮੇਰੇ ਨਾਨਕੇ ਆ ਨਾਨਕੇ ਮੇਰੇ ਕਮਿਊਨਿਸਟ ਨੇ ਉਹ ਸਾਡੇ ਨਾਨਕੇ ਪਰਿਵਾਰ ਦੇ ਵਿੱਚ ਨਾ ਜੀ ਕੁੜੀਆਂ ਨੂੰ ਜ਼ਿਆਦਾ ਪੜਾਉਣਾ ਚੰਗਾ ਨਹੀਂ ਸਮਝਿਆ ਜਾਂਦਾ ਸੀਗਾ ਉਸ ਵੇਲੇ ਸਾਰੀਆਂ ਕੁੜੀਆਂ ਤਕਰੀਬਨ ਮੇਰੇ ਨਾਨਕੇ ਦੇ ਜਿੰਨੀਆਂ ਵੀ ਰਿਸ਼ਤੇਦਾਰੀਆਂ ਨੇ 5-5 ਹੀ ਪੜੀਆਂ ਪੰਜ ਤੋਂ ਵੱਧ ਕੋਈ ਨਹੀਂ ਪੜੀਗੀ ਹਾਂ ਇੱਕ ਮੇਰੇ ਮੰਮੀ ਦੇ ਮਾਸੀ ਜੀ ਦੀ ਬੇਟੀ ਨੇ 10 ਪਾਸ ਕੀਤੀਆਂ ਸੀਗੀਆਂ ਤੇ ਉਹਨਾਂ ਦੀ ਬੜੀ ਚਰਚਾ ਹੁੰਦੀ ਸੀ ਕਿ ਕਿ ਉਹ ਉਹ 10 ਪੜੇ ਨੇ ਤੇ ਅਦਰਵਾਈਜ਼ ਸਾਰੀਆਂ ਕੁੜੀਆਂ ਜਿਹੜੀਆਂ 5-5 ਪੜਾ ਕੇ ਹਟਾ ਲਈਆਂ ਸੀ ਤੇ ਇਹ ਇਹ ਕਹਿਣਾ ਸੀ ਪਿੰਡ ਵਾਲਿਆਂ ਦਾ ਕਿ ਕੁੜੀਆਂ ਨੂੰ ਜ਼ਿਆਦਾ ਨਹੀਂ ਪੜਾਉਣਾ ਚਾਹੀਦਾ ਵਿਗੜ ਜਾਂਦੀਆਂ ਇਹੇ ਸ਼ਬਦ ਵਰਤਿਆ ਜਾਂਦਾ ਸੀ ਜਦੋਂ ਮੈਂ 15 ਸਾਲ ਦੀ ਹੋ ਗਈ ਤਾਂ ਉਦੋਂ ਹੀ ਮੇਰੇ ਵਿਆਹ ਦੀਆਂ ਗੱਲਾਂ ਚੱਲ ਪਈਆਂ ਸੀ ਕਿ ਕੁੜੀ 15 ਸਾਲ ਦੀ ਹੋ ਗਈ ਆ ਵੀ ਛੇਤੀ ਵਿਆਹ ਕਰੋ ਇੱਕ ਮੇਰਾ ਥੋੜਾ ਕੱਦ-ਕਾਠ ਸੀਗਾ ਜਿਵੇਂ ਤਾਂ ਮੈਂ ਵੱਡੀ ਵੀ ਲੱਗਦੀ ਸੀ ਹਨਾ ਤਾਂ ਉਦੋਂ ਤੋਂ ਤਿਆਰੀਆਂ ਸ਼ੁਰੂ ਹੋ ਗਈਆਂ ਪਰ ਸਾਡੇ ਨਾ ਪੇਕਿਆਂ ਦੇ ਮੇਰੇ ਦੇ ਆਰਥਿਕ ਹਾਲਾਤ ਠੀਕ ਨਹੀਂ ਸੀ ਮੈਂ ਆਪਣੀਆਂ ਕਿਤਾਬਾਂ ਦੇ ਵਿੱਚ ਤੇ ਹੋਰ ਇੰਟਰਵਿਊਜ਼ ਦੇ ਵਿੱਚ ਵੀ ਇਸ ਗੱਲ ਦਾ ਕਈ ਵਾਰੀ ਜ਼ਿਕਰ ਕਰ ਚੁੱਕੀ ਹਾਂ ਕਿ ਸਾਡੀ ਜਿਹੜੀ ਜ਼ਮੀਨ ਸੀਗੀ ਉਥੋਂ ਦੇ ਸੇਮ ਨਾਲੇ ਦੇ ਵਿੱਚ ਆ ਗਈ ਸੀ ਫਿਰ ਮੇਰੀਆਂ ਭੂਆ ਦੇ ਜਿਹੜੇ ਜਦੋਂ ਵਿਆਹ ਕੀਤੇ ਕੁਝ ਸਾਡੀ ਜ਼ਮੀਨ ਉਦੋਂ ਵਿਕ ਗਈ ਤਾਂ ਆਰਥਿਕ ਪੱਖ ਤੋਂ ਅਸੀਂ ਕਾਫੀ ਢਾਵਾਂ ਡੋਲ ਸੀ ਉਸ ਸਮੇਂ ਅਸੀਂ ਪਿੰਡ ਸੈਦੂਕਾ ਚੱਕ ਛੱਡ ਕੇ ਤੇ ਕੋਟਕਪੂਰੇ ਆ ਕੇ ਰਹਿਣ ਲੱਗ ਗਏ ਸੀ ਉਦੋਂ ਮੇਰੀ ਉਮਰ ਅ 8 7 8 ਸਾਲ ਦੀ ਸੀ ਤੇ ਮੇਰਾ ਜਿਹੜਾ ਭਰਾ ਉਹ 4 ਸਾਲ ਦਾ ਸੀਗਾ ਤਾਂ ਨਾਨਕੇ ਪਰਿਵਾਰ ਵੱਲੋਂ ਵੀ ਇਹ ਦਬਾਅ ਪਾਇਆ ਜਾ ਰਿਹਾ ਸੀਗਾ ਵੀ ਕੁੜੀ ਦੀ ਛੇਤੀ ਮੈਰਿਜ ਕਰੋ ਤੇ ਉਧਰੋਂ ਜਿਹੜੇ ਆਰਥਿਕ ਹਾਲਾਤ ਆ ਉਹ ਵੀ ਸਾਥ ਨਹੀਂ ਦੇ ਰਹੇ ਸੀ ਤਾਂ ਇਨ੍ਹਾਂ ਹਾਲਾਤਾਂ ਦੇ ਵਿੱਚ ਫਿਰ ਸਾਡੇ ਜਿਹੜਾ ਵਿਆਹ ਦਾ ਫੈਸਲਾ ਕੀਤਾ ਗਿਆ ਅੱਛਾ ਫਿਰ ਇਹ ਕਹੇ ਸੀ ਕਿ ਜਿਹੜਾ ਵੀ ਕੋਈ ਰਿਸ਼ਤੇਦਾਰ ਦੱਸ ਪਾਉਂਦਾ ਸੀ ਨਾ ਉਹ ਇਹੋ ਜੇ ਘਰ ਦੀ ਪਾਉਂਦਾ ਸੀਗਾ ਉਹਨਾਂ ਨੂੰ ਪਤਾ ਸੀ ਵੀ ਇਨ੍ਹਾਂ ਤੋਂ ਦਾਜ ਦੇ ਹੇਚ ਤਾਂ ਦਿੱਤਾ ਨਹੀਂ ਜਾਣਾਗਾ ਹੈਨਾ ਤੇ ਜਿਹੜਾ ਵੀ ਕੋਈ ਨੀਡੀ ਹੁੰਦਾ ਸੀ ਤਾਂ ਇਹੋ ਜੇ ਘਰ ਦੀ ਦੱਸ ਪਾਉਂਦਾ ਮੈਨੂੰ ਯਾਦ ਹੈ ਕਿ ਇੱਕ ਸਾਡੀ ਰਿਸ਼ਤੇਦਾਰ ਨਾ ਇੱਕ ਹੈਂਡੀਕੈਪਟ ਦੀ ਦੱਸ ਪਾਤੀ ਉਹਨੇ ਪਹਿਲਾਂ ਨਾ ਦੱਸਿਆ ਉਹਨੇ ਜਦੋਂ ਮੇਰੇ ਮੰਮੀ ਡੈਡੀ ਮੁੰਡਾ ਦੇਖਣ ਗਏ ਤਾਂ ਜਾ ਕੇ ਉਹ ਦੇਖਦੇ ਆ ਵੀ ਉਹ ਉਹਦਾ ਹੱਥ ਵੱਡਿਆ ਹੋਇਆ ਸੀਗਾ ਤੇ ਮੇਰੇ ਮੰਮੀ ਮਤਲਬ ਇੰਨੇ ਭਾਵਕ ਹੋ ਗਏ ਕਹਿੰਦੇ ਵੀ ਇਹ ਠੀਕ ਹੈ ਵੀ ਕਹਿੰਦੇ ਅਸੀਂ ਇੰਨਾ ਦਾਜ-ਦੇਹੇਜ ਨਹੀਂ ਦੇ ਸਕਦੇ ਪਰ ਅਸੀਂ ਜਿੰਨੇ ਜੋਗੇ ਹੈਗੇ ਅਸੀਂ ਆਪਣੀ ਧੀ ਦਾ ਕਰਾਂਗੇ ਵੀ ਤੁਸੀਂ ਸਾਨੂੰ ਇਹੋ ਜੇ ਰਿਸ਼ਤਿਆਂ ਦੀ ਦੱਸ ਪਾ ਰਹੇ ਹੋ ਤਾਂ ਮਤਲਬ ਇਹ ਇਹ ਹੋਇਆ ਹੋ ਜੇ ਕਈ ਕੇਸ ਉਦੋਂ ਵਾਪਰੇ ਤੇ ਉਧਰੋਂ ਇਹਨਾਂ ਨਾਲ ਵੀ ਇਦਾਂ ਹੀ ਹੋਇਆ ਸੀਗਾ ਕਿ ਇੱਥੇ ਜਿੱਥੇ ਇਹਨਾਂ ਦੀ ਅਗੇਜਮੈਂਟ ਹੋਈ ਸੀ ਉਹ ਕੁੜੀ 5 ਪੜ੍ਹੀ ਸੀਗੀ ਤੇ ਹਾਂਜੀ ਉਹ 5 ਪੜ੍ਹੀ ਸੀ ਤੇ ਇਹਨਾਂ ਨੂੰ ਵੀ ਇਹ ਵੀ ਸੰਤੁਸ਼ਟ ਨਹੀਂ ਸੀ ਉਸ ਦੇ ਇਸ ਦੇ ਤੋਂ ਪੜ੍ਹਨ ਲੱਗੇ ਪਹਿਲੇ ਮੇਰੀ ਮੈਨੂੰ ਮੈਰਿਜ ਕਰਨ ਲੱਗੇ ਸੀ ਨਾ ਕਹਿੰਦੇ 10 ਪੜ੍ਹੀ ਆ ਹੌਲੀ ਹੌਲੀ ਪਤਾ ਲੱਗਿਆ ਫਿਰ ਕਹਿੰਦੇ 9 ਪੜ੍ਹੀ ਆ 7 ਪੜ੍ਹੀ ਫਿਰ ਉਹ 5 ਤੇ ਆ ਗਏ ਹੋਏ ਉਦੋਂ ਮੈਂ ਫਿਰ ਮੈਂ ਕਿਹਾ ਵੀ ਨਹੀਂ ਹਾਂਜੀ ਫਿਰ ਮੇਰੀ ਵੀ ਇੱਕ ਤਾਂ ਮਤਲਬ ਪਹਿਲਾਂ ਤਾਂ ਮੈਂ ਤਾਂ ਆਪ ਨਹੀਂ ਪੜਿਆ ਹੈਗਾ ਤੇ ਗਾਂ ਪਹਿਲਾਂ ਪੰਜ ਉਹ ਤੇ ਫਿਰ ਸਾਡਾ ਮੁਸ਼ਕਲ ਹੋ ਜਾਣਾ ਸਾਡਾ ਗਾਂ ਨੂੰ ਸਰੇ ਬਿਲਕੁਲ ਤੇ ਅੱਛੇ ਜੀ ਫਿਰ ਮਤਲਬ ਇੱਕ ਥਾਂ ਤੇ ਮੇਰੀ ਗੱਲ ਅਗੇਜਮੈਂਟ ਕੀਤੀ ਤਾਂ ਉਹਨਾਂ ਨੂੰ ਵੀ ਬਾਅਦ ਦੇ ਵਿੱਚ ਇਹ ਹੋ ਗਿਆ ਕਿ ਇਹ ਦਾਜ ਦੀ ਹੇਜ ਨਹੀਂ ਦੇ ਸਕਣਗੇ ਜਾਂ ਕੁਛ ਹੈ ਨਾ ਉਹ ਚੁੱਪ ਜੇ ਰਹਿਣ ਲੱਗੇ ਤਾਂ ਮੇਰੇ ਮੰਮੀ ਡੈਡੀ ਨੇ ਸੋਚਿਆ ਕਿ ਇੰਜ ਲੱਗਦਾ ਵੀ ਉਹ ਸੰਤੋਸ਼ਤ ਨਹੀਂਗੇ ਕੁਝ ਉਹਨਾਂ ਦੇ ਮਨ ਵਿੱਚ ਚੱਲ ਰਿਹਾ ਅੱਛਾ ਉਦੋਂ ਇਹਨਾਂ ਦਾ ਕੇਸ ਵੀ ਸੀ ਤੇ ਮੇਰਾ ਵੀ ਸੀਗਾ ਤੇ ਇੱਕ ਵਾਰ ਕੀ ਹੋਇਆ ਨਾ ਅਸੀਂ ਕਿਸੇ ਸਾਡੀ ਗਲੀ ਵਿੱਚ ਕਿਸੇ ਦੀ ਮੈਰਿਜ ਹੋਈ ਸੀ ਤੇ ਉਹ ਉਹਨਾਂ ਨੇ ਮਠਿਆਈ ਵੰਡਣੀ ਸੀਗੀ ਉਹ ਸਾਰੀਆਂ ਕੁੜੀਆਂ ਨੂੰ ਜਿਵੇਂ ਇਕੱਠੇ ਕਰ ਲੈਂਦੇ ਸੀ ਵੀ ਭਾਈ ਆਜੋ ਆਪਾਂ ਮਠਿਆਈ ਵੰਡਣੀ ਆ ਤੇ ਮੈਂ ਵੀ ਨਾਲ ਉਹਨਾਂ ਦੇ ਆ ਗਈ ਤਾਂ ਉਦੋਂ ਮੈਂ ਇਸ ਘਰ ਦੇ ਵਿੱਚ ਆਈ ਸੀ ਮੈਂ ਪਰ ਇਹਨਾਂ ਨੂੰ ਨਹੀਂ ਦੇਖਿਆ ਸੀਗਾ ਮੈਨੂੰ ਇਹ ਨਹੀਂ ਪਤਾ ਸੀਗਾ ਵੀ ਇਹਨਾਂ ਦੇ ਘਰ ਦੇ ਵਿੱਚ ਕੋਈ ਮੁੰਡਾ ਹੈਗਾ ਕਿ ਜੇ ਇਹ ਪ੍ਰੈਕਟਿਸ ਕਰਦੇ ਸੀ ਉਸ ਸਮੇਂ ਇਹ ਆਉਂਦੀ ਉਹ ਦੁਕਾਨ ਤੇ ਗਏ ਹੋਏ ਸੀ ਤਾਂ ਮੇਰੇ ਮੰਮੀ ਮੇਰੇ ਮਦਰ ਹਨਾ ਕਿਸੇ ਕੰਮ ਆਏ ਜੀ ਇੱਥੇ ਤੇ ਮੇਰੇ ਫਾਦਰ ਫਾਦਰ ਨੇ ਲਾ ਪੁੱਛਣ ਲੱਗੇ ਕਹਿੰਦੇ ਭੈਣ ਜੀ ਤੁਸੀਂ ਕੁੜੀ ਦਾ ਕਿਤੇ ਰਿਸ਼ਤਾ ਕਰਤਾ ਤਾਂ ਮੰਮੀ ਦੱਸਣ ਲੱਗੇ ਕਹਿੰਦੇ ਜੇ ਰਿਸ਼ਤਾ ਕੀਤਾ ਤਾਂ ਹੈ ਪਰ ਮਤਲਬ ਸਾਨੂੰ ਲੱਗਦਾ ਵੀ ਉਹ ਵੀ ਸੈੱਟ ਨਹੀਂ ਬੈਠਣਾਗਾ ਤਾਂ ਕਹਿੰਦੇ ਸਾਡੇ ਵੀ ਇਸ ਤਰ੍ਹਾਂ ਹੀ ਹੋਇਆ ਵਿਆ ਤੇ ਕਿਉਂ ਨਾ ਆਪਾਂ ਰਿਸ਼ਤੇਦਾਰੀ ਪਾ ਲਈਏ ਤੇ ਇਤੋਂ ਜੀ ਸਾਡੀ ਸ਼ੁਰੂਆਤ ਹੋ ਜਾਂਦੀ ਹੈ ਨਾਲੇ ਦੀਦੀ ਜਿੱਥੇ ਰਹਿੰਦੇ ਸੀ ਨਾ ਇਹ ਆਪਣੇ ਜਿਲ੍ਹਾ ਕਿਹੜਾ ਪਿੰਡ ਸੀ ਤੁਹਾਡਾ ਪਹਿਲਾਂ ਸਦੋ ਕਚਕ ਉੱਥੇ ਡਾਡੀ ਦੇ ਮਾਸੀ ਸੀ ਬਿਲਕੁਲ ਘਰ ਨਾਲ ਨਾਲ ਸੀਗੇ ਉਹ ਫਿਰ ਇੱਥੇ ਮਿਲਣ ਆਉਂਦੀ ਨਹੀਂ ਸੀ ਜੀ ਮਿਲਣ ਕਰਕੇ ਫਿਰ ਉਧਰ ਜਾਵੜਦੇ ਸੀਗੇ ਹੂੰ ਕੋਈ ਸੇਵ ਫਰਕ ਪੈ ਗਿਆ ਫਿਰ ਉਹਨਾਂ ਨੂੰ ਮਤਲਬ ਵਿਚੋਲੇ ਦੇ ਤੌਰ ਤੇ ਪਾਲ ਲਿਆ ਜੀ ਵਿਚੋਲੇ ਦੇ ਤੌਰ ਤੇ ਵੈਸੇ ਮਿਲ ਕੇ ਆਉਣੇ ਜਾਣੀ ਮਿਲ ਕੇ ਫਿਰ ਵੱਧ ਗਈ ਹੌਲੀ ਹੌਲੀ ਫਿਰ ਉਹ ਡੈਡੀ ਜੀ ਕਹਿਣ ਲੱਗੇ ਕਹਿੰਦੇ ਮਸੀ ਤੁਸੀਂ ਜਾਓ ਉਧਰ ਤੇ ਉਧਰ ਜਾ ਕੇ ਕਹਿੰਦੇ ਉਹਨਾਂ ਨਾਲ ਆਪਾਂ ਗੱਲ ਕਰੋ ਤੁਸੀਂ ਜਾ ਕੇ ਤੇ ਡਾਡੀ ਨੇ ਸਾਰੀ ਦਾ ਕੰਮ ਕਰਦੇ ਸੀ ਇਹ ਉਦੋਂ ਫਿਰ ਮੋਰੇ ਅਸੀਂ ਦੁਕਾਨਾ ਬਣਵਾਈਆਂ ਡਾਡੀ ਸਾਡੇ ਨੇ ਫਿਰ ਉਹਨਾਂ ਕੋਲੋਂ ਸਾਰੀਆਂ ਬਣਵਾਈਆਂ ਅੱਛਾ ਜੀ ਹਾਂਜੀ ਆਉਣੇ ਜਾਣੀ ਸੀਗੀ ਪਰ ਦੇਖਿਆ ਨਹੀਂ ਸੀ ਕਿਤੇ ਆਪਸੇ ਕਿਤੇ ਇਹ ਤੁਹਾਡੇ ਆਰਥਿਕ ਹਾਲਾਤ ਕਿਵੇਂ ਦੇ ਸੀ ਉਸ ਵਕਤ ਜਦੋਂ ਇਹਨਾਂ ਨਾਲ ਤੁਹਾਡਾ ਰਿਸ਼ਤਾ ਬਹੁਤ ਮਾੜੇ ਸੀਗੇ ਬਹੁਤ ਜ਼ਿਆਦਾ ਇੰਨੀ ਗਰੀਬੀ ਦੇਖੀ ਬਹੁਤ ਜ਼ਿਆਦਾ ਦੇਖੀ ਸੀ ਉਹ ਕਿਉਂਕਿ ਪਾਕਿਸਤਾਨ ਚੋਂ ਆਏ ਸੀਗੇ ਜੀ ਸੈੱਟ ਨਹੀਂ ਹੋਏ ਸੀਗੇ ਉਜਾੜੇ ਵੇਲੇ ਆਏ ਆ ਜੀ ਉਧਰ ਸਾਡੇ ਬੇਬੇ ਜੀ ਦੱਸਦੇ ਹੁੰਦੇ ਆ ਕਿ ਐਨਾ ਸਮਰਿੱਧ ਪਰਿਵਾਰ ਸੀਗਾ ਕਿ ਪਿੰਡਾਂ ਦੇ ਪਿੰਡ ਇਹਨਾਂ ਦੇ ਕੋਲ ਸੀਗੇ ਪਰ ਜਦੋਂ ਉੱਥੋਂ ਉੱਜੜ ਕੇ ਆਏ ਤਾਂ ਉਦੋਂ ਕੋਲ ਕੁਝ ਵੀ ਨਹੀਂ ਸੀਗਾ ਜਿੰਨੀ ਕਿ ਇੱਥੇ ਜ਼ਮੀਨ ਆ ਅਲੋਟ ਹੋਈ ਉਹਦਾ ਪੰਜਵਾਂ ਹਿੱਸਾ ਵੀ ਨਹੀਂ ਸੀਗੀ ਤੇ ਜਿਹੜਾ ਘਰ ਬਣਿਆ ਹੋਇਆ ਸੀਗਾ ਜੀ ਜਿਵੇਂ ਮਤਲਬ ਮਿਲ ਗਿਆ ਕੱਚਾ ਸੀ ਕੱਚਾ ਸੀਗਾ ਘਰ ਉਵੇਂ ਜਿਵੇਂ ਬੈਠ ਗਏ ਤਾਂ ਇਹ ਵੀ ਹਜ਼ਾਰ ਆਰਥਿਕ ਤੰਗੀਆਂ ਨਾਲ ਜੂਝ ਰਹੇ ਸੀਗੇ ਉਦੋਂ ਮੇਰੇ ਫਾਦਰin ਲਾਦੇ ਫਾਦਰ ਮਤਲਬ ਇਹਨਾਂ ਦੇ ਦਾਦਾ ਜੀ ਉਹਨਾਂ ਦੀ ਡੈਥ ਹੋ ਗਈ ਸੀ ਉਹਨਾਂ ਦੀ ਡੈਥ ਹੋਣੇ ਕਰਕੇ ਫਿਰ ਡੈਡੀ ਸੈਟ ਨਹੀਂ ਹੋ ਸਕੇ ਸੀਗੇ ਜੀ ਕਾਫੀ ਸਮਾਂ ਤਾਂ ਇੱਧਰ ਸਾਡੇ ਹਾਲਾਤ ਵੀ ਇਸੇ ਤਰ੍ਹਾਂ ਦੇ ਸੀ ਤੇ ਇਧਰੋਂ ਇਹਨਾਂ ਦੇ ਵੀ ਸੀਗੇ ਮੇਰੀ ਭੈਣੇ ਦੁਕਾਨ ਹੁੰਦੀ ਸੀਗੀ ਆਰਐਮਪੀ ਦੀ ਜਲਾਨਾ ਰੋਡ ਦੇ ਉੱਪਰ ਤੇ ਮੈਂ ਉੱਥੇ ਤਿੰਨ ਕੁ ਟਾਈਮ ਸੀਗਾ ਸਾਡੇ ਘਰ ਨਾਲ ਕਨੈਕਟਰ ਸੀਗਾ ਜਦੋਂ ਗੱਡੀ ਤੇ ਡੇੜੀ ਦੇ ਨਾਲ ਜਾਂਦਾ ਹੁੰਦਾ ਸੀ ਉਹ ਤਿੰਨ ਕੋਈ ਜੇ ਮੇਰੇ ਕੋਲ ਆ ਗਿਆ ਹਾਂਜੀ ਮੈਨੂੰ ਕਹਿੰਦਾ ਦੱਸ ਸਾਬੀ ਮੈਨੂੰ ਕਹਿੰਦਾ ਦੱਸ ਸਕਦਾ ਚੱਲੀ ਗਿਆ ਮੈਂ ਕਿੱਥੇ ਜਾਣਾ ਕਹਿੰਦਾ ਤੇਰਾ ਵਿਆਹ ਰੱਖਤਾ ਕਹਿੰਦਾ ਯਾਰ ਅੱਛਾ ਨਹੀਂ ਮੈਂ ਤਾਂ ਹੀ ਨਹੀਂ ਜਲਦੀ ਮੈਂ ਵਿਆਹ ਰੱਖਤਾ ਮੈਂ ਤਾਂ ਪੁੱਛਦਾ ਮੈਂ ਕਿ ਹਣ ਕਿਸ ਨੇ ਮੈਂ ਮੈਨੂੰ ਮੈਂ ਤਾਂ ਮਾ ਘਰੋਂ ਤਾਂ ਮੈਂ ਹੁਣ ਆਇਆ ਹੈਗਾ ਨਹੀਂ ਕਹਿੰਦਾ ਤੂੰ ਕਹਿੰਦਾ ਚੱਲ ਘਰੇ ਕਹਿੰਦਾ ਯਾਰ ਜਦੋਂ ਮੈਂ ਘਰੇ ਆਇਆ ਜੀ ਤੇ ਘਰੇ ਸਾਡੇ ਮਾਮੀ ਬੈਠੇ ਹੋਏ ਤੇ ਪ੍ਰੋਗਰਾਮ ਵੜਾ ਮੋਟਾ ਜੀ ਬਸ ਕਰੀ ਜਾਂਦੇ ਜੀ ਬੈਠੇ ਹੋਏ ਜੀ ਇਹ ਕੱਪੜੇ-ਕੁੱਪੜੇ ਲੈਣ ਚੱਲੀਏ ਕੁਈ ਮੈਚਿੰਗ ਨਹੀਂ ਕੀਤੀ ਉਹਨਾਂ ਨੇ ਕੋਈ ਹਰੇ ਪੀਲੇ ਲਾਲ ਤੇ ਬਸ ਪਾਗਜਪੂਗ ਵੈਸੇ ਹੀ ਬਨਣੀ ਤਾਂ ਆਉਂਦੀ ਨਹੀਂ ਸੀਗੀ ਉਹਨਾਂ ਨੇ ਵੈਸੇ ਪਾਗਬੂਗ ਬਸ ਲਿਆਂਦੀ ਬਸ ਉਹਨਾਂ ਨੇ ਅੱਛਾ ਦੇ ਇੰਨੀ ਜਲਦੀ ਮਿਲ ਕੇ ਸਾਰਾ ਕੁਝ ਹੋ ਗਿਆ ਮੈਨੂੰ ਜਮਾਂ ਨਹੀਂ ਪਤਾ ਲੱਗਿਆ ਮੈਨੂੰ ਹਾਂ ਸਾਡੇ ਤੇ ਨਹੀਂ ਵਿਆਹ ਸੀ ਜੀ ਅਗਲੇ ਦਿਨ ਅਗਲੇ ਦਿਨ 3 ਵਜੇ ਮੈਨੂੰ ਪਤਾ ਲੱਗਿਆ ਹੈਗਾ ਜੀ ਤੇ ਸ਼ਾਮ ਨੂੰ ਮੈਂ 3 ਕਿੰਨੇ ਮੈਂ ਘਰ ਆ ਕੇ 3 ਤੋਂ 7-8 ਵਜੇ ਤੱਕ ਇੰਨੀ ਜਲਦੀ ਕੀ ਪਤਾ ਲੱਗਦਾ ਫਿਰ ਨਾ ਪੁੱਛਿਆ ਕਿਹਦੇ ਨਾਲ ਹੈਗਾ ਕਹਿੰਦੇ ਹੈ ਸਗੇ ਉਹਨਾਂ ਨਾਲ ਕਹਿੰਦੇ ਹੈਗਾ ਹਾਂਜੀ ਇਹ ਵੀ ਨਹੀਂ ਮੈਨੂੰ ਵੀ ਨਹੀਂ ਪਤਾ ਸੀਗਾ ਪਤਾ ਸਾਨੂੰ ਦੋਨਾਂ ਨੂੰ ਨਹੀਂ ਸੀ ਜੀ ਮਨ ਲ ਕਿਹੜੀ ਇੱਥੇ ਗੱਲ ਉੱਡੀ ਸੀ ਸ਼ਹਿਰ ਦੇ ਵਿੱਚ ਆਪਣੇ ਇੱਥੇ ਮਹੱਲੇ ਵਿੱਚ ਕਹਿੰਦੇ ਇਹਨਾਂ ਦੀ ਕਹਿੰਦੇ ਲੰਮ ਮਰਜ ਹੋਈ ਆ ਕਹਿੰਦੇ ਜੀ ਹਾਲਾਂਕਿ ਅਸੀਂ ਦੇਖਿਆ ਕੁਝ ਵੀ ਨਹੀਂ ਸੀ ਅਸੀਂ ਆਪਸ ਵਿੱਚ ਆਪਸ ਤੇ ਦੇਖਿਆ ਨਹੀਂ ਦੇਖਿਆ ਵੀ ਨਹੀਂ ਸੀ ਜੀ ਹਾਂਜੀ ਬਿਲਕੁਲ ਤਾਂ ਨੂੰ ਨਹੀਂ ਸੀ ਪਤਾ ਨਹੀਂ 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 ਬਿਲਕੁਲ ਨਹੀਂ ਦੇਖਿਆ ਸੀਗਾ ਮੈਂ ਨਾ ਉਸ ਟਾਈਮ ਡਿਕਰੀ ਕਰਨਾ ਖੜੀ ਜਾਂਦੀ ਸੀਗੀ ਅਸੀਂ ਗਲੀ ਦੇ ਤਿੰਨ ਚਾਰ ਕੁੜੀਆਂ ਡਿਕਰੀ ਕਰਨਾ ਖੜੀ ਜਾਵਾ ਮੇਰੇ ਫਰਾਕ ਪਾਈ ਹੋਈ ਦੋ ਗੁੱਤਾ ਕੀਤੀਆਂ ਹੋਈਆਂ ਤੇ ਮੰਮੀ ਇਧਰੋਂ ਹੋ ਕੇ ਗਏ ਸੀਗੇ ਗੱਲਬਾਤ ਇਹਨਾਂ ਦੀ ਹੋ ਗਈ ਆ ਆਪਸ ਵਿੱਚ ਤੇ ਮੰਮੀ ਮੈਨੂੰ ਕਹਿੰਦੇ ਆ ਕਿ ਕਹਿੰਦੇ ਬਿਟੇ ਕਿ ਚੱਪਲਾ ਪਾ ਲਾ ਆਪਾਂ ਕਿ ਬਾਜ਼ਾਰ ਜਾਣਾ ਤੇ ਮੈਨੂੰ ਬੜੀ ਖੁਸ਼ੀ ਹੋ ਗਈ ਕਿ ਕੁੜੀਆਂ ਨੂੰ ਕਿੱਥੇ ਬਾਜ਼ਾਰ ਬਜ਼ੂਰ ਲੈ ਕੇ ਜਾਂਦੇ ਸੀਗੇ ਜੀ ਜੇ ਮੈਨੂੰ ਬੜੀ ਖੁਸ਼ੀ ਵੀ ਮੰਮੀ ਬਾਜ਼ਾਰ ਲੈ ਕੇ ਚੱਲੇ ਮੈਨੂੰ ਕਹਿੰਦੇ ਤੇਰਾ ਸਵੇਰੇ ਵਿਆਹ ਹੈ ਤੇ ਆਪਾਂ ਸੂਟ ਪਸੰਦ ਕਰਕੇ ਆਣਾ ਅੱਛਾ ਜੀ ਇਹ ਦੁਕਾਨ ਤੋਂ ਇੱਕ ਰੈਡੀमेड ਸੂਟ ਮਿਲ ਗਿਆ ਜੀ ਰੈੱਡ ਕਲਰ ਦਾ ਥੋੜਾ ਬਹੁਤ ਸਮਾਨ ਮਿਲ ਗਿਆ ਤੇ ਚਲੋ ਆ ਪਾਰਲਰ ਵਾਲੀ ਸਾਡੇ ਨੇੜੇ ਸੀਗੀ ਉਹਦੇ ਨਾਲ ਗੱਲਬਾਤ ਕਰ ਲਈ ਮੈਨੂੰ ਮਤਲਬ ਉਸ ਸਮੇਂ ਇਸ ਤਰ੍ਹਾਂ ਨਹੀਂ ਸੀਗਾ ਕੋਈ ਨਾ ਤਾਂ ਖੁਸ਼ੀ ਸੀ ਤੇ ਨਾ ਹੀ ਮਤਲਬ ਕੋਈ ਦੁੱਖ ਕਿਉਂਕਿ ਇੰਨੀ ਸਮਝ ਹੀ ਹੈ ਨਹੀਂ ਸੀਗੀ ਉਦੋਂ ਨਾ ਕੁੜੀਆਂ ਭੋਲੀਆਂ ਹੁੰਦੀਆਂ ਸੀ ਸਾਡੇ ਵੇਲੇ ਇੰਨਾ ਨਹੀਂ ਸੀਗਾ ਹਣ ਅੱਜ ਤੋਂ 30 ਸਾਲ ਪਹਿਲਾਂ ਦੀ ਗੱਲ ਹੈ ਤਾਂ ਮੈਂ ਬਸ ਚਾਈ ਚਾਈ ਮੈਨੂੰ ਐ ਲੱਗਿਆ ਵੀ ਹੁਣ ਮੈਂ ਤਿਆਰ ਹੋ ਕੇ ਰਹਾ ਕਰੂੰਗੀ ਸੁਰਖੀ ਬਿੰਦੀ ਲਾਇਆ ਕਰੂੰਗੀ ਸੋਹਣੇ ਸੂਟ ਪਾਉਣ ਨੂੰ ਮਿਲਣਗੀ ਤੇ ਬਸ ਬਾਕੀ ਜਿਵੇਂ ਤੁਸੀਂ ਸ਼ੁਰੂ ਦੇ ਵਿੱਚ ਦੱਸਿਆ ਮੇਰੇ ਡੈਡੀ ਦਾ ਸੁਭਾਅ ਬਹੁਤ ਗਰਮ ਸੀਗਾ ਹਾਂਜੀ ਕਿਉਂਕਿ ਉਹਨਾਂ ਦਾ ਕਸੂਰ ਨਹੀਂ ਸੀਗਾ ਸਾਡੇ ਮਤਲਬ ਹਾਲਾਤ ਹੀ ਇਸ ਤਰ੍ਹਾਂ ਦੇ ਹੋ ਗਏ ਸੀਗੇ ਕਿ ਕੁਝ ਥੋੜਾ ਜਿਹਾ ਨਸ਼ਾ ਕਰਨ ਲੱਗ ਗਏ ਸੀਗੇ ਹਿੰਸਕ ਵੀ ਹੋ ਗਏ ਸੀਗੇ ਬਹੁਤ ਗੁੱਸੇ ਦੇ ਵਿੱਚ ਰਹਿਣ ਲੱਗ ਗਏ ਸੀਗੇ ਤੇ ਮੈਨੂੰ ਇਹ ਸੀਗਾ ਕਿ ਚਲੋ ਵੀ ਮੈਂ ਇਸ ਘਰ ਤੋਂ ਜਿਵੇਂ ਇੰਜ ਕਹਿ ਲਓ ਸਾਦੇ ਸ਼ਬਦਾਂ ਵਿੱਚ ਵੀ ਖੜਾ ਛੁੱਟੂਗਾ ਵੀ ਇਸ ਤਰ੍ਹਾਂ ਦੇ ਹਾਲਾਤ ਹੋ ਗਏ ਸੀਗੇ ਤਾਂ ਮੈਨੂੰ ਇਹ ਲੱਗਦਾ ਸੀਗਾ ਵੀ ਠੀਕ ਆ ਬਸ ਮੇਰੀ ਮੈਰਿਜ ਹੋ ਗਈ ਆ ਤਾਂ ਬਹੁਤ ਵਧੀਆ ਹੈ ਇਹ ਚਲੋ ਜੀ ਅਗਲੇ ਦਿਨ ਥੋੜੇ ਜਿ ਰਿਸ਼ਤੇਦਾਰ ਜਿੰਨੇ ਮੇਰੇ ਨਾਨਕੇ ਨੂੰ ਵੀ ਨਹੀਂ ਸੱਦਿਆ ਜਾ ਸਕਿਆ ਸੀ ਕਿਉਂਕਿ ਉਹਦੇ ਫੋਨ ਨਹੀਂ ਹੁੰਦੇ ਸੀਗੇ ਤਾਂ ਮੇਰੇ ਡੈਡੀ ਜੀ ਦੇ ਨਾਨਕੇ ਨਾਲ ਹੀ ਪਿੰਡ ਦੇ ਵਿੱਚ ਨੇ ਠੀਮਾ ਵਾਲੀ ਉਹ ਡੈਡੀ ਜੀ ਦੇ ਮਾਮਾ ਸੀਗੇ ਜਿਨ੍ਹਾਂ ਨੇ ਮਤਲਬ ਸਾਰੀਆਂ ਰਸਮਾਂ ਨਭਾਈਆਂ ਤਾਂ ਅਗਲੇ ਦਿਨ ਗੁਰਦੁਆਰਾ ਸਾਹਿਬ ਦੇ ਵਿੱਚ ਆਨੰਦ ਕਾਰਜ ਕਰਤੇ ਘਰ ਦੇ ਵਿੱਚ ਕੋਈ ਪ੍ਰੋਗਰਾਮ ਨਹੀਂ ਹੋ ਸਕਿਆ ਕਿਉਂਕਿ ਸਮਾਂ ਥੋੜਾ ਸੀਗਾ ਵੱਡਾ ਗੁਰਦੁਆਰਾ ਸੀਗਾ ਹਾਂਜੀ ਵੱਡੇ ਵੱਡਾ ਗੁਰਦੁਆਰਾ ਸਾਹਿਬ ਹੈ ਜਿਹੜਾ ਤਾਂ ਉੱਥੇ ਸਾਡੇ ਆਨੰਦ ਕਾਰਜ ਹੋਏ ਜਦੋਂ ਆਨੰਦ ਕਾਰਜ ਹੋਊਗੇ ਜਦੋਂ ਮੈਨੂੰ ਡੋਲੀ 'ਚ ਬਿਠਾਉਣ ਲੱਗੇ ਬਸ ਘੰਟੇ 2 ਦੇ ਵਿੱਚ ਸਾਰਾ ਕੰਮ ਹੋ ਗਿਆ ਫਿਰ ਉਦੋਂ ਮੈਂ ਇਹਨਾਂ ਨੂੰ ਦੇਖਿਆ ਅੱਛਾ ਜੀ ਹਾਂਜੀ ਤਾਂ ਉਸ ਤੋਂ ਆਨੰਦ ਕਾਰਜ ਹੋਣ ਤੋਂ ਬਾਅਦ ਦੇਖਿਆ ਤਾਂ ਪਹਿਲਾਂ ਅਸੀਂ ਬਿਲਕੁਲ ਇੱਕ ਦੂਜੇ ਦੇ ਬਰਾਤ ਦੇ ਵਿੱਚ ਬਣੇ ਦੇਖੋ ਇੱਕ ਕਾਰ ਹਾਂਜੀ ਤੇ ਇੱਕ ਟਰੱਕ ਵਿੱਚ ਟਰੈਕਟਰ ਵਿੱਚ ਸਾਈਕਲ ਇਸ ਤਰ੍ਹਾਂ ਬਰਾਤ ਹੀ ਗਿਰ ਨੂੰ ਕੁਝ ਹੀ ਮਿਲੀ ਉਹ ਨਾਲ ਦੀ ਨਾਲ ਅਸੀਂ ਲੈ ਕੇ ਚੱਲ ਪਿਆ ਬਸ ਹਾਂਜੀ ਨਾ ਕਿੰਨਾ ਕਿ ਕੱਟ ਸੀ ਤੁਹਾਡੇ ਵਿਆਹ ਤੇ ਕੁਛ ਨਹੀਂ ਕੱਟ ਸੀ ਖਲੀ 50 ਬੰਦੇ ਤੱਕ ਹੋ ਗਏ ਸੀ ਤੇ ਫਿਰ ਜਿਹੜੇ ਬਰਾਤੀ ਸੀਗੇ ਉਹਨਾਂ ਨੂੰ ਇੱਕ ਹੋਟਲ ਦੇ ਵਿੱਚ ਲਿਜਾ ਕੇ ਤੇ ਚਾਹ ਪਾਣੀ ਜਿਹੜਾ ਦਿੱਤਾ ਗਿਆ 9 ਵਜੇ ਸੀ ਗਏ ਘਰੋਂ ਹੀ ਤੇ 10:30 11:00 ਤਾਂ ਵੱਜੇ ਨਹੀਂ ਹੋਣਗੇ ਜੀ ਇੱਕ ਘੰਟੇ ਦੀ ਮੂਵੀ ਬਣੀ ਮਸਮਸਾਂ ਦੇ ਇੱਕ ਘੰਟੇ ਸੀ ਕਾਰ ਵੀ ਆਗੇ ਸੀ ਇਹ ਤਾਂ ਕਾਰਨ ਇਹ ਸੀਗਾ ਕਿ ਮੇਰੇ ਫਾਦਰin ਲਾ ਕੋਲ ਟਰੈਕਸ ਹੁੰਦੇ ਸੀਗੇ ਉਹਨਾਂ ਨੇ ਬੰਬੇ ਗੱਡੀ ਲੈ ਕੇ ਜਾਣਾ ਸੀਗਾ ਤੇ ਜਦੋਂ ਵਿਆਹ ਦੀ ਗੱਲ ਹੋ ਗਈ ਤਾਂ ਉਹਨਾਂ ਨੂੰ ਵੀ ਇਹ ਸੀਗਾ ਕਿ ਮੈਂ ਆਪਣੇ ਜਾਣ ਤੋਂ ਪਹਿਲਾਂ ਪਹਿਲਾਂ ਸਾਰਾ ਕਾਰਜ ਕਰਕੇ ਜਾਣਾ ਉਹਨਾਂ ਨੂੰ ਜਲਦੀ ਸੀ ਗੱਡੀ ਲੈ ਕੇ ਤੁਰਨਾ ਸੀਗਾ ਪਰ ਫੋਟੋਗ੍ਰਾਫਰ ਵੀ ਸਾਨੂੰ ਉਸੇ ਤਰ੍ਹਾਂ ਦਾ ਹੀ ਮਿਲਿਆ ਜਿਹੜਾ ਬਹੁਤ ਕਾਲ ਦੇ ਵਿੱਚ ਸੀਗੀ ਦੇ ਵਸ ਇਸ ਤਰ੍ਹਾਂ ਕਰਕੇ ਜੀ ਬਸ ਛੱਟ ਮੰਗਣੀ ਵੀ ਨਹੀਂ ਕਹਿ ਸਕਦੇ ਕਿਉਂਕਿ ਮੰਗਣੀ ਤਾਂ ਹੋਈ ਹੋਈ ਨਹੀਂ ਗਈ ਹੈ ਤਾਂ ਛੱਟ ਮੰਗਣੀ ਪੱਟ ਵਿਆਹ ਵਾਲਾ ਸਾਹਿਬ ਹੁਣ ਤਾਂ ਤੁਸੀਂ ਦੇਖੋ ਜੇ ਇੰਨੀ ਛੇਤੀ ਕਿਸੇ ਨੂੰ ਤੁਸੀਂ ਗਵੰਡੀ ਨੂੰ ਵੀ ਵਿਆਹ ਦਾ ਸੱਦਾ ਦਿੰਦੇ ਹੋ ਵੀ ਨਹੀਂ ਅਗਲਾ ਆਉਂਦਾ ਅਗਲਾ ਕਹਿੰਦਾ ਕਿ ਮੈਂ ਤਾਂ ਕੱਪੜੇ ਸਵਾਉਣੇ ਸੀ ਕੋਈ ਤਿਆਰੀ ਕਰਨੀ ਸੀ ਇੰਨੀ ਛੇਤੀ ਮੈਂ ਕਿੱਥੋਂ ਬਰਾਤ ਚਲਾ ਲਾਵਾਂਗਾ ਤੇ ਤੁਸੀਂ ਤੁਹਾਡਾ ਆਪਣਾ ਵਿਆਹ ਇੰਨੀ ਛੇਤੀ ਹੋ ਗਿਆ ਮਤਲਬ ਬਹੁਤ ਵਿਲੱਖਣ ਹੀ ਕਹਿ ਸਕਦੇ ਆ ਖਾ ਐਗਜ਼ਾਮਪਲ ਹੀ ਰਹੀ ਹੈ ਸਾਡੇ ਵਿਆਹ ਦੀ ਨਾਲੇ ਉਦੋਂ ਹਾਂ ਇੰਨਾ ਹੁੰਦਾ ਵੀ ਹੈ ਨਹੀਂ ਸੀਗਾ ਇਹ ਹੂੰ ਵੀ ਕਿਸੇ ਨੇ ਕਿਉਂ ਕਰਤਾ ਵੀ ਨਹੀਂ ਆਉਣਾ ਹੈਗਾ ਜਾਂ ਕਪੜੇ ਕਿਸੇ ਨੇ ਸੋਣੇ ਹੈਗੇ ਆ ਉਹ ਇੰਨੇ ਉਦੋਂ ਹਾਲਾਤ ਹੀ ਇਹੋ ਜਿਹੇ ਸੀ ਰਿਕ ਮੰਨ ਦਾ ਹਾਲਾਤ ਹੀ ਉਸ ਤਰ੍ਹਾਂ ਦੇ ਸੀਗੇ ਉਦਾਂ ਹੀ ਪਰ ਹੁਣ ਤਾਂ ਬਹੁਤ ਚੇਂਜ ਹੋ ਗਿਆ ਹੁਣ ਤਾਂ ਜਿਵੇਂ ਤੁਸੀਂ ਕਿਹਾ ਵੀ ਪੰਜਵੀਂ ਪਾਸ ਕੁੜੀ ਨੂੰ ਤੁਸੀਂ ਹੈਨਾ ਵਿਆਹ ਤੋਂ ਇਨਕਾਰ ਕਰਤਾ ਵੀ ਮੈਂ ਨਹੀਂ ਕਰਵਾਉਣਾ ਹਾਂਜੀ ਹਾਂਜੀ ਇਹ 10 ਪੜੇ ਹੋਏ ਸੀ ਪਰ ਤੁਸੀਂ ਇਹਨਾਂ ਨੂੰ ਜਮੇ ਨਹੀਂ ਸੀ ਦੇਖਿਆ ਜਦੋਂ ਵਿਆਹ ਤੋਂ ਬਾਅਦ ਤੁਸੀਂ ਇਹਨਾਂ ਨੂੰ ਦੇਖਿਆ ਮਤਲਬ ਐ ਤਾਂ ਨਹੀਂ ਸੀ ਵੀ ਪਹਿਲਾ ਇਨਕਾਰ ਨਹੀਂ ਕਰਨਾ ਚਾਹੀਦਾ ਸੀ ਜਾਂ ਫਿਰ ਇਹ ਸੀ ਵੀ ਨਹੀਂ ਚਲੋ ਸ਼ੁਕਰ ਹੈ ਮੈਂ ਇਨਕਾਰ ਕੀਤਾ ਤੇ ਮੈਨੂੰ ਨਹੀਂ ਸੜੇ ਉਹ ਤਾਂ ਪਤਾ ਲੱਗਿਆ ਨਹੀਂ ਸਾਨੂੰ ਕੁਝ ਵੀ ਨਹੀਂ ਨਹੀਂ ਤੁਸੀਂ ਮੈਨੂੰ ਇੰਨਾ ਕੁ ਦੇਖਿਆ ਸੀ ਮੈਂ ਤਾਂ ਨਾ ਸਕੂਲ ਜਾਂਦੀ ਹੁੰਦੀ ਸੀਗੀ ਮੇਰਾ ਸਕੂਲ ਸੀ ਗਰਲ ਸਕੂਲ ਦੇ ਵਿੱਚ ਮੈਂ ਪੜ੍ਹੀ ਸੀਗੀ ਪਰ ਮੈਂ ਨਹੀਂ ਤੇ ਇਹਨਾਂ ਨੂੰ ਜਦੋਂ ਪਤਾ ਲੱਗਿਆ ਵੀ ਹਾਂ ਵੀ ਉਹ ਕੁੜੀ ਇੱਥੋਂ ਦੀ ਲੰਘਦੀ ਹੁੰਦੀ ਸੀਗੀ ਤੇ ਇਹ ਕਹਿੰਦੇ ਕਹਿੰਦੇ ਫਿਰ ਮੈਂ ਕਹਿੰਨੀ ਠੀਕ ਆ ਉਹ ਤਾਂ ਠੀਕ ਹੈ ਇਹ ਕਹਿੰਦਾ ਨੀਵੀਂ ਬਾਹਾਂ ਨਹੀਂ ਮਰ ਕੇ ਦੇਖਿਆ ਸੀ ਮੈਂ ਨੀਵੀਂ ਬਹੁਤ ਪਾਉਂਦੀ ਹੁੰਦੀ ਸੀ ਜੀ ਮੇਰੇ ਮਤਲਬ ਮਦਰ ਨੇ ਇਦਾਂ ਸਿਖਾਇਆ ਹੋਇਆ ਸੀਗਾ ਵੀ ਕੁੜੀਆਂ ਉੱਪਰ ਨਹੀਂ ਦੇਖਦੀਆਂ ਇੰਨੀ ਜ਼ਿਆਦਾ ਮੈਂ ਨੀਵੀਂ ਪਾ ਕੇ ਲੰਘਣਾ ਤੇ ਬਾਅਦ ਚ ਜਿਵੇਂ ਦੱਸਦੇ ਹੁੰਦੇ ਸੀ ਮੇਰਾ ਦਿਓਰ ਵੀ ਦੱਸਦਾ ਹੁੰਦਾ ਮੇਰਾ ਤੇ ਉਹ ਇੱਕ ਦਿਨ ਦੱਸਣ ਲੱਗਿਆ ਕਹਿੰਦਾ ਕਿ ਮੇਰਾ ਦੋਸਤ ਕਹਿੰਦਾ ਅੱਛਾ ਉਸ ਕੁੜੀ ਨਾਲ ਆਪਣੇ ਬਾਈ ਦੀ ਮੈਰਿਜ ਹੋਈ ਹੈ ਜਿਹੜੇ ਆਏ ਸਾਨੂੰ ਅਸੀਂ ਜਿਹਨੂੰ ਐਂ ਕਹਿੰਦੇ ਹੁੰਦੇ ਸੀ ਵੱਜੂਗੀ ਕਿਸੇ ਚ ਜ਼ਰੂਰ ਇਹ ਕੁੜੀ ਇੱਕ ਦਿਨ ਇੱਕ ਦਿਨ ਵੀ ਅੰਨੀ ਨਹੀਂ ਪਾ ਕੇ ਲੱਗਦੀ ਹਾਂਜੀ ਤੇ ਬਾਅਦ ਚੋਂ ਬਜੀ ਵਿਆਹ ਤੋਂ ਬਾਅਦ ਤੁਸੀਂ ਜਦੋਂ ਇਹਨਾਂ ਨੂੰ ਮਤਲਬ ਮਿਲੇ ਹੈਨਾ ਤੁਸੀਂ ਇਕੱਠੇ ਰਹਿਣਾ ਸ਼ੁਰੂ ਕੀਤਾ ਹਾਂਜੀ ਤਾਂ ਤੁਹਾਨੂੰ ਇਹਨਾਂ ਦਾ ਮિજાਜ ਕਿਵੇਂ ਦਾ ਲੱਗਿਆ ਤੁਹਾਨੂੰ ਲੱਗਿਆ ਵੀ ਹਾਂ ਸਹੀ ਮਤਲਬ ਮੇਰਾ ਰਿਸ਼ਤਾ ਸਹੀ ਥਾਂ ਹੋਇਆ ਵਧੀਆ ਕੁੜੀ ਮੇਰੇ ਕੋਲ ਉਹ ਤਾਂ ਬਿਲਕੁਲ ਹੀ ਨਹੀਂ ਬੋਲਦੇ ਸੀ ਅੱਛਾ ਜੀ ਹਾਂਜੀ ਬਿਲਕੁਲ ਐਸ ਸਟੈਂਡਰਡ ਰਹਿੰਦੇ ਸੀ ਬਸ ਇਹ ਨਾ ਸੀ ਦਸ ਪੜੇ ਸੀ ਉਸ ਤੋਂ ਬਾਅਦ ਇਹ ਕਹਿੰਦੇ ਮੈਂ ਪੜਨਾ ਹੈਗਾ ਮੈਂ ਜੇ ਪੜਨਾ ਹੈਗਾ ਚਲੋ ਥੋੜੀ ਹੌਲੀ ਚਲੋ ਮੈਨੂੰ ਪਤਾ ਇਹ ਲੱਗੇ ਵੀ ਕਾਫੀ ਮਤਲਬ ਕਿ ਇਹ ਪੜਾਈ ਦੇ ਵਿੱਚ ਹੁਸ਼ਿਆਰ ਸੀਗੇ ਹਾਂਜੀ ਜੀ ਪਰ ਹੌਲੀ ਹੌਲੀ ਪੜਦੇ ਗਏ ਬਸ ਜੀ 11ਵੀਂ ਕਰ ਲਈ ਪਲੱਸ 2 ਕਰ ਲਈ ਗਿਆਨੀ ਕੀਤੀ ਸੀ ਜੀ ਮੈਂ 10ਵੀਂ ਕਰਕੇ ਗਿਆਨੀ ਕੀਤੀ ਹੋਈ ਸੀਗੀ ਹਾਂਜੀ ਤੇ ਇਹਨਾਂ ਨੇ سپورਟ ਕੀਤੀ ਤੁਹਾਨੂੰ ਕਿ ਤੁਸੀਂ ਅੱਗੇ ਪੜੋ ਪੂਰੀ سپورਟ ਕੀਤੀ ਵੀ ਪੂਰੀ ਕਿ ਮੈਨੂੰ ਪੜਾਓ ਹਾਂ ਜੀ ਮੇਰੇ ਫਾਦਰ ਨੇ ਲਾ ਨੇ ਵੀ ਜੀ ਇਹਨਾਂ ਨੇ ਵੀ ਜੀ ਹਾਂ ਕਿਉਂਕਿ ਜ਼ਰੂਰਤ ਵੀ ਸੀਗੀ ਜ਼ਰੂਰਤ ਵੀ ਸੀਗੀ ਕਿਉਂਕਿ ਇਹ ਵੀ ਅਜੇ ਸੈੱਟ ਨਹੀਂ ਸੀਗੇ ਤੇ ਡੈਡੀ ਨੂੰ ਵੀ ਇਹ ਸੀਗਾ ਕਿ ਜੇ ਪੜ੍ਹ ਲਿਖ ਜਾਊਗੀ ਤਾਂ ਕੁਝ ਆਪਦੇ ਪੈਰਾਂ ਸਰ ਹੋ ਜਾਊਗੀ ਬਾਕੀ ਮੈਨੂੰ ਸ਼ੌਕ ਸ਼ੁਰੂ ਤੋਂ ਹੀ ਸੀ ਜੀ ਮੈਂ ਆਪਦੀ ਕਲਾਸ ਦੀ ਮਿਨੇਟਰ ਹੁੰਦੀ ਸੀਗੀ ਪੜ੍ਹਾਈ ਵਿੱਚ ਮੈਂ ਸ਼ੁਰੂ ਤੋਂ ਬਹੁਤ ਹੁਸ਼ਿਆਰ ਸੀ ਨਾਲੇ ਉਦੋਂ ਇੰਨੀ ਕਮਾਈ ਨਹੀਂ ਹੁੰਦੀ ਸੀ ਉਦਾਂ ਹੀ ਸ਼ਾਪ ਤੇ ਜਾਣਾ ਜੇ 100 ਰੁਪਇਆ ਬਣ ਵੀ ਜਾਣਾ ਤਾਂ ਬਸ ਕਹਿੰਦਾ ਬਹੁਤ ਬਹੁਤ ਇਹਨਾਂ ਤਾਂ ਬਹੁਤ ਜ਼ਿਆਦਾ ਹੈਗਾ ਬਸ ਵੀ 100 ਰੁਪਏ ਨਾਲ ਤਾਂ ਵੀ ਸਾਰਾ ਕੁਝ ਆ ਜਾਊਗਾ ਹੁਣ ਉਦੋਂ ਆ ਵੀ ਜਾਂਦਾ ਸੀ ਆ ਉਦੋਂ ਹੀ ਪਰ ਹੁਣ ਤਾਂ ਉਸ ਦੇ ਲੈਵਲ ਦਾ ਤੇ ਹੁਣ ਦੇ ਲੈਵਲ ਦਾ ਤਾਂ ਬਹੁਤ ਫਰਕ ਹੈਗਾ ਜੀ ਹਾਂ ਬਾਕੀ ਸੰਤੋਸ਼ ਤੇ ਸੀਗੇ ਜੀ ਅਸੀਂ ਇਹੋ ਜੀ ਗੱਲ ਨਹੀਂ ਸੀ ਸੀਗਾ ਵੀ ਸਿਨੇਮੇ ਅਸੀਂ ਜਾਂਦੇ ਸੀ 10 ਰੁਪਏ ਮਿਲ ਗਏ ਬਸ ਬਹੁਤ ਜ਼ਿਆਦਾ ਤੇ ਜੇ ਘਰੋਂ ਮਤਲਬ ਕਿ ਕਈ ਵਜੋਂ ਪੜਦੇ ਹੁੰਦੇ ਸੀ ਅਸੀਂ ਉਹ ਦੂਜੀ ਨਾ ਚੌਥੀ ਪਾਈਂ ਵੀ ਕਲਾਸੇ ਹੁੰਦੇ ਸੀਗੇ ਉਦੋਂ ਰੁਪਈਆ ਲੈਣਾ ਬੜਾ ਔਖਾ ਹੋ ਜਾਂਦਾ ਸੀ ਘਰੋਂ ਹਾਂ ਮੰਮੀ ਨੇ ਕਹਿੰਦਾ ਮੰਮੀ ਰੁਪਈਆ ਦੇ ਦੇ ਕਟ-ਕਟ ਖਾ ਕੇ ਫੇਰ ਜਾ ਕੇ ਕਿਧਰ ਰੁਪਈਆ ਮਿਲਦਾ ਕਰ ਬਈ ਇਹ ਚ ਪਿਕਚਰ ਦੇਖੀ ਹੈ ਜਿਸ ਮੈਂ ਉਹਦ ਮੈਂ 1 ਰੁਪਈਏ ਵਿੱਚ ਹਾਂਜੀ ਉਦੋਂ ਬਸ ਇੰਨਾ ਕੀ ਹੁੰਦੀ ਸੀ ਜਿਹੜੀ ਵੈਸੇ ਪਿਕਚਰ ਲੱਗੀ ਹੁੰਦੀ ਸੀ ਉਹ 10 ਰੁਪਏ ਹੁੰਦੀ ਸੀ ਬਸ ਉਦੋਂ ਹਾਂ ਉਦੋਂ ਕਟ-ਕਟ ਖਾ ਕੇ 1 ਰੁਪਈਆ ਲੈਣਾ ਬੜਾ ਔਖਾ ਸੀ ਉਦੋਂ ਤੇ 25 ਪੈਸੇ ਸਿਰਫ ਮਿਲਦੇ ਸੀ ਉਦੋਂ ਸਕੂਲ ਜਾਂਦੇ ਸੀ ਹਾਂ ਉਹ ਵੀ ਬੜੀ ਮੁਸ਼ਕਲ ਨਾਲ ਬਾਕੀ ਪੜਾਉਣ ਦੇ ਵਿੱਚ ਤਾਂ ਭਾਂਜੀ ਇੰਨਾ ਕਿ ਜਦੋਂ ਮੈਂ ਪੜਦੀ ਹੁੰਦੀ ਸੀ ਕਦੇ ਮੈਂ ਪੜਦੀ ਹੁੰਦੀ ਇਹਨਾਂ ਨੇ ਕਦੇ ਇੰਜ ਨਹੀਂ ਕਿਹਾ ਸੀ ਵੀ ਉੱਠ ਕੇ ਮੈਨੂੰ ਚਾਹ ਪਾਣੀ ਬਣਾ ਦੇ ਹੁਣ ਵੀ ਜਦੋਂ ਮੈਂ ਆਪ ਦਾ ਕੋਈ ਲੇਖਣੀ ਦਾ ਕੰਮ ਕਰਦੀ ਆ ਤਾਂ ਇੰਜ ਨਹੀਂ ਕਹਿੰਦੇਗੇ ਕਿ ਉੱਠ ਕੇ ਆਹ ਕੰਮ ਕਰ ਦੇ ਇਹਨਾਂ ਨੂੰ ਪਤਾ ਹੁੰਦਾ ਕਿ ਆਪ ਦਾ ਕਰ ਰਹੀ ਹੈ ਵੀ ਜਦੋਂ ਫ੍ਰੀ ਹੋਊਗੀ ਆਪਣੇ ਆਪ ਉੱਠ ਕੇ ਮੇਰਾ ਜੋ ਵੀ ਮੈਨੂੰ ਜ਼ਰੂਰਤ ਹੈ ਪਰ ਮੈਂ ਵੀ ਇਸ ਗੱਲ ਦਾ ਧਿਆਨ ਰੱਖਿਆ ਕਿ ਮੇਰੀ ਪੜ੍ਹਾਈ ਦਾ ਜਾਂ ਮੇਰੀ ਲੇਖਣੀ ਦਾ ਕਦੇ ਮੇਰੀ ਗ੍ਰੈਸੀ ਤੇ ਫਰਕ ਨਾ ਪਵੇ ਤਾਂ ਬੈਲੈਂਸ ਕਰਕੇ ਚੱਲੀ ਆ ਜੀ ਮੈਂ ਹਮੇਸ਼ਾ ਕਦੇ ਇਹਨਾਂ ਨੂੰ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾਗਾ ਬਾਕੀ ਇਹ ਦੱਸ ਸਕਦੇ ਨਹੀਂ ਨਹੀਂ ਸ਼ੁਰੂਆਤ ਤੁਹਾਡੀ ਮਤਲਬ ਜਦੋਂ ਇਹਨਾਂ ਨੇ ਤੁਹਾਨੂੰ ਵੀ ਲੱਗਿਆ ਇਹਨਾਂ ਨੇ ਵੀ ਤੁਹਾਨੂੰ ਕਿਹਾ ਹੋਣਾ ਕਿ ਮੈਂ ਪੜ੍ਹਨਾ ਹੈ ਤਾਂ ਇਹਨਾਂ ਦੀ ਸ਼ੁਰੂਆਤ ਕਿਵੇਂ ਹੋਈ ਪੜ੍ਹਾਈ ਤੋਂ ਮਤਲਬ ਕੀ ਤੁਸੀਂ ਸ਼ੁਰੂ ਕੀਤਾ ਉਸ ਤੋਂ ਬਾਅਦ ਗਿਆਨੀ ਤੋਂ ਬਾਅਦ ਜਿਵੇਂ ਪਲੱਸ 2 ਕੀਤੀ ਹਾਂਜੀ ਜਦੋਂ ਮੈਂ ਪਲੱਸ 2 ਕਰ ਰਹੀ ਸੀ ਤਾਂ ਉਦੋਂ ਹੀ ਮੈਂ ਪ੍ਰੈਗਨੈਂਟ ਸੀਗੀ ਪੇਪਰ ਦੇਣੇ ਸੀਗੇ ਅ ਅੱਠਵਾਂ ਮਹੀਨਾ ਮੈਨੂੰ ਲੱਗਿਆ ਹੋਇਆ ਸੀਗਾ ਇਹ ਸਕੂਲ ਦੇ ਵਿੱਚ ਬੈਂਚ ਨਹੀਂ ਹੁੰਦੇ ਸੀਗੇ ਜੀ ਉਦੋਂ ਬੱਚੇ ਤਪੜਾਂ ਤੇ ਬੈਠਦੇ ਹੁੰਦੇ ਸੀਗੇ ਤਾਂ ਮਤਲਬ ਇੰਨਾ ਵੱਡਾ ਢਿੱਡ ਤੇ ਮੈਂ ਇਥੋਂ ਬੈਠਿਆ ਨਹੀਂ ਜਾ ਰਿਹਾ ਸੀਗਾ ਤੇ ਮੈਂ ਮੈਡਮ ਨੂੰ ਫਿਰ ਰਿਕੁਐਸਟ ਕੀਤੀ ਤਾਂ ਮੈਡਮ ਵੀ ਡਰਦੇ ਸੀਗੇ ਕੋਈ ਚੈਕਿੰਗ ਵਾਲਾ ਆ ਗਿਆ ਤਾਂ ਅ ਅਖੀਰ ਮੈਡਮ ਨੇ ਕਿਸੇ ਤੋਂ ਪੁੱਛਿਆ ਸੁਪਰਡੈਂਟ ਤੋਂ ਪੁੱਛਿਆ ਕਿ ਜਿਹੜੀ ਇਸ ਕੁੜੀ ਤੋਂ ਬੈਠਿਆ ਨਹੀਂ ਜਾ ਰਹਾਗਾ ਤੇ ਉਹਨਾਂ ਨੇ ਮੈਨੂੰ ਇੰਨਾ ਕ ਅਲਾਉ ਕਰਤਾ ਕਿ ਪਿੱਛੇ ਕੰਧ ਦੇ ਨਾਲ ਮੈਂ ਢੋਪ ਲਾ ਕੇ ਬੈਠ ਫਿਰ ਉਸ ਤੋਂ ਬਾਅਦ ਬੀਏ ਸ਼ੁਰੂ ਕੀਤੀ ਜਦੋਂ ਬੀਏ ਸ਼ੁਰੂ ਕੀਤੀ ਤਾਂ ਬੇਟਾ 6 ਕਿਹ ਮਹੀਨੇ ਦਾ ਸੀਗਾ ਜੀ ਤਾਂ ਬੇਟਾ ਛੋਟੇ ਜਿਹੇ ਹੁੰਦੇ ਮੈਂ ਆਪਦੀ ਬੀਏ ਕੰਪਲੀਟ ਕੀਤੀ ਬੀਏ ਕਰਨ ਤੋਂ ਬਾਅਦ ਫਿਰ ਮੈਂ ਡੀਲੀ ਬਾਇਸਾਇੰਸ ਕੀਤੀ ਜੀ ਪਟਿਆਲਾ ਯੂਨੀਵਰਸਿਟੀ ਤੋਂ ਡਿਪਲੋਮਾ ਇਨ ਲਾਇਬ੍ਰੇਰੀ ਸਾਇੰਸ ਕੋਰਸਪੋਂਡੈਂਸ ਕੀਤਾ ਉਸ ਤੋਂ ਬਾਅਦ ਤੁਹਾਨੂੰ ਲੱਗੇਗਾ ਕਿ ਮੈਂ ਇੱਥੇ ਕਨਾਲਕ ਸਕੂਲ ਵਿੱਚ ਲੱਗੀ ਹਾਂ ਨਾਲ-ਨਾਲ ਮੈਂ ਪੜਾਉਣਾ ਵੀ ਸ਼ੁਰੂ ਕਰਤਾ ਸੀਗਾ ਜੀ ਸਕੂਲ ਵਿੱਚ ਲੱਗੇ ਉਸ ਤੋਂ ਬਾਅਦ ਹਾਂਜੀ ਤੇ ਗੁਰਨਾਨਕ ਮਿਸ਼ਨ ਸਕੂਲ ਸਾਡੇ ਨੇ ਲੈ ਜੀਆ ਕੋਈ ਸਾਲਕ ਦਾ ਬੇਟਾ ਸਾਲ 6 8 9 ਕਿ ਮਹੀਨੇ ਦਾ ਬੇਟਾ ਸੀਗਾ ਹਾਂਜੀ ਦਾਦੀ ਸਾਡੇ 300 ਰੁਪਏ ਇਥੋਂ ਖਾ ਦਿੰਦੇ ਸੀਗੇ ਇਹ ਜੀ ਹਾਂਜੀ ਦਾਦੀ ਸਾਡੇ ਇਥੋਂ ਘਰੋਂ ਲੈ ਜਾਂਦੇ ਬੇਟੇ ਨੂੰ ਦੁੱਧ ਪਲਾ ਕੇ ਵਾਪਸ ਲੈ ਆਉਂਦੇ ਹਾਂਜੀ ਸਕੂਲ ਇਹੋ ਜਿਹੇ ਹਾਲਾਤ ਦੇਖੇ ਵੀ ਬੇਟੇ ਨੂੰ ਜਦੋਂ ਭੁੱਖ ਲੱਗਦੀ ਤਾਂ ਬੇਬੇ ਜੀ ਸਾਡੇ ਉੱਥੇ ਲੈ ਜਾਂਦੇ ਸੀ ਤਾਂ ਉਹਨਾਂ ਨੇ ਕਿਹਾ ਵੀ ਬੇਟਾ ਇਹਨੂੰ ਅੱਧੀ ਛੁੱਟੀ ਵੇਲੇ ਇਹਨੂੰ ਦੁੱਧ ਪਿਆਦੀ ਤੇ ਦੁੱਧ ਪਿਆ ਕੇ ਫਿਰ ਉਹ ਵਾਪਸ ਲੈ ਆ ਜਾਂਦੇ ਫਿਰ ਭੈਣ ਜੀ ਮੈਂ ਡੀਲ ਬਾਇਸ ਸਾਇੰਸ ਤੋਂ ਬਾਅਦ ਫਿਰ ਐਮਏ ਪੰਜਾਬੀ ਐਮਏ ਹਿੰਦੀ ਮੈਂ ਇੰਗਲਿਸ਼ ਯੂਜੀਸੀ ਨੈਟ ਕਲੀਅਰ ਕੀਤਾ ਜੀ ਤੇ ਨਾਲ ਨਾਲ ਹੀ ਫਿਰ ਮੇਰਾ ਫਿਰ ਲੇਖਣੀ ਦਾ ਕਾਰਜ ਹੈ ਜਿਹੜਾ ਪਿਛਲੇ 10 ਸਾਲਾਂ ਤੋਂ ਫਿਰ ਸ਼ੁਰੂ ਹੋ ਗਿਆ ਇਹ ਜਿਵੇਂ ਬਹੁਤ ਵਾਰੀ ਹੁੰਦਾ ਨਾ ਕਿ ਜਦੋਂ ਕੁੜੀਆਂ ਵਿਆਹ ਕੇ ਆ ਜਾਂਦੀਆਂ ਨੇ ਅ ਸਹੇਕਾਰ ਵਾਲਾ ਸਪੋਰਟ ਕਰਦਾ ਪਰ ਬਾਕੀ ਦੀ ਫੈਮਿਲੀ ਨਹੀਂ ਕਰਦੀ ਉਹਨਾਂ ਨੂੰ ਹੁੰਦਾ ਕਿ ਸਾਡੀਆਂ ਤਾਂ ਜ਼ਿੰਮੇਵਾਰੀਆਂ ਬਹੁਤ ਨੇ ਸਾਡੇ ਘਰ ਦਾ ਕੰਮ ਹਨਾ ਫਿਰ ਉੱਤੋਂ ਤੁਹਾਡੇ ਬੱਚਾ ਵੀ ਸੀਗਾ ਕਿ ਅ ਕਈ ਵਾਰੀ ਸੱਸਾਂ ਜਾਂ ਆਪਣੇ ਜਿਹੜੇ ਘਰ ਚ ਬਜ਼ੁਰਗ ਹੁੰਦੇ ਨੇ ਉਹ ਕਹਿ ਦਿੰਦੇ ਹੁੰਦੇ ਵੀ ਅਸੀਂ ਤਾਂ ਹੁਣ ਸਾਰੀ ਉਮਰ ਕੰਮ ਕੀਤਾ ਅਸੀਂ ਬੱਚਾ ਨਹੀਂ ਸੰਭਾਲਣਾ ਹਨਾ ਤਾਂ ਇਦਾਂ ਦੀ ਕੋਈ ਪ੍ਰੋਬਲਮ ਆਈ ਤੁਹਾਨੂੰ ਜਾਂ ਇਹਨਾਂ ਨੇ ਉਸ ਵਕਤ ਤੁਹਾਨੂੰ ਕਿਦਾਂ ਸਪੋਰਟ ਕੀਤਾ ਜੀ ਆਈ ਬਿਲਕੁਲ ਆਈ ਮੇਰੇ ਮਦਰ ਇਨ ਲਾ ਨੂੰ ਇਹ ਸੀਗਾ ਵੀ ਹੁਣ ਨੌ ਆ ਗਈ ਹੈ ਤੇ ਹੁਣ ਉਹੀ ਸੰਭੇ ਸਾਰਾ ਕੁਝ ਜਦੋਂ ਮੇਰੇ ਪੇਪਰ ਹੁੰਦੇ ਸੀ ਨਾ ਜਿਵੇਂ ਦੁਪਹਿਰ ਤੋਂ ਬਾਅਦ 2 ਵਜੇ ਪੇਪਰ ਸ਼ੁਰੂ ਹੁੰਦਾ ਸੀ ਤੇ ਮੈਨੂੰ ਯਾਦ ਆ ਕਿ ਡ్రਾਈਵਰਾਂ ਕਨੈਕਟਰਾਂ ਦੀ ਰੋਟੀ ਬਣਾ ਕੇ ਤੰਦੂਰ ਤੇ ਰੋਟੀ ਬਣਾ ਕੇ ਮੈਂ ਦੁਪਹਿਰ ਵਾਲੀ ਤੇ ਫਿਰ ਪੇਪਰ ਦੇਣ ਜਾਂਦੀ ਹੁੰਦੀ ਸੀਗੀ ਜੀ ਤੇ ਮੰਮੀ ਸਾਡਿਆਂ ਦੀ ਸੋਚ ਇਹ ਸੀ ਵੀ ਨੌ ਆ ਗਈ ਐ ਪਰ ਮੇਰੇ ਜਿਹੜੇ ਦਾਦੀ ਸੱਸਾ ਉਹ ਮਤਲਬ ਥੋੜੇ ਸੀਗੇ ਲੀਨੇਟ ਸੁਭਾਅ ਦੇ ਮੇਰੇ ਨਾਲ ਕਾਫੀ ਮਾਵਾ ਵਾਂਗੂ ਰਹਿੰਦੇ ਸੀਗੇ ਉਹ ਬੜਾ ਮੈਨੂੰ ਸਹਿਯੋਗ ਕਰਦੇ ਸੀ ਇਹਦੇ ਪੇਪਰ ਆ ਚਲੋ ਇਹ ਪੜ ਲੇ ਸਾਡੇ ਡੈਡੀ ਜੀ ਵੱਲੋਂ ਵੀ ਸਹਿਯੋਗ ਮਿਲ ਰਹੀ ਹੈ ਡੈਡੀ ਜੀ ਵੱਲੋਂ ਬਹੁਤ ਜ਼ਿਆਦਾ ਹਾਂ ਜੀ ਡੈਡੀ ਜੀ ਵੱਲੋਂ ਬਹੁਤ ਬਹੁਤ ਤਾਂ ਮੇਰੇ ਤੇ ਮਤਲਬ ਮਾਂ ਨਹੀਂ ਕਰਦੇ ਸੀ ਹਾਂ ਉਹਨਾਂ ਨੂੰ ਤਾਂ ਇਹ ਵੀ ਪੜ ਜਾਵੇ ਪੜ ਕੇ ਦੇਖਣ ਕੀ ਕਹਿੰਦੇ ਕੀ ਲੱਗੇ ਹਾਂ ਉਹ ਉਹਨਾਂ ਨੂੰ ਇਹ ਸੀਗਾ ਕਿ ਪੁਲਿਸ ਲਾਈਨ 'ਚ ਜਾਵੇ ਜਾਂ ਨਹੀਂ ਕੁਝ ਹੋਰ ਕੁਝ ਕਹਿੰਦੇ ਸੀ ਐਸਆਈ ਆਫੀਸਰ ਬਣੇਗੇ ਉਹ ਤਾਂ ਬਣੇ ਨਰੀ ਕੀਰਤਾ ਕੇ ਇਹੀ ਮਨਸ਼ਾ ਰਹੀ ਸੀਗੀ ਡੈਡੀ ਜੀ ਨੇ ਇੱਕ ਮੈਨੂੰ ਕਹਿਣਾ ਕਿ ਇਹ ਪਰਮਜੀਤ ਕਰਮਾ ਵਾਲੀ ਆ ਜਿਸ ਦਿਨ ਦੀ ਸਾਡੇ ਘਰੇ ਆਈ ਹੈ ਉਸ ਦਿਨ ਸਾਡੇ ਘਰ ਦੇ ਹਾਲਾਤ ਬਦਲਨੇ ਸ਼ੁਰੂ ਹੋ ਗਏ ਦੇਖੋ ਮੈਂ ਇਸ ਜੀ ਨੂੰ ਆਪਣੇ ਆਪ ਨੂੰ ਕਹਿੰਦੀ ਪਰ ਜਦੋਂ ਤੁਹਾਡੇ ਘਰ ਦਾ ਮੁਖੀ ਇਹੋ ਜੇ ਸ਼ਬਦ ਤੁਹਾਡੇ ਲਈ ਵਰਤਦਾ ਹੈ ਨਾ ਤੁਸੀਂ ਕੁਦਰਤੀ ਉਸ ਉਹਨਾਂ ਦੇ ਲਫ਼ਜ਼ਾਂ ਦੇ ਕਾਬਲ ਬਨਣ ਦੀ ਕੋਸ਼ਿਸ਼ ਕਰਦੇ ਹੋ ਤਾਂ ਮੈਂ ਕੋਸ਼ਿਸ਼ ਵਿੱਚ ਵੀ ਲੱਗੀ ਰਹੀ ਮੈਂ ਕਿ ਜਿਵੇਂ ਉਹ ਉਹਨਾਂ ਨੂੰ ਮੇਰੇ ਤੇ ਮਾਨ ਸੀ ਗਿਆ ਉਹਨਾਂ ਨੂੰ ਮੇਰੇ ਤੋਂ ਆਸਾਂ ਸੀਗੀਆਂ ਤਾਂ ਮੈਂ ਆਪਣੇ ਆਪ ਨੂੰ ਢਾਲਣ ਦੀ ਕੋਸ਼ਿਸ਼ ਵੀ ਕਰਦੀ ਰਹੀ ਹਾਂ ਇਹਨਾਂ ਨੇ ਸੇਵਾ ਬਹੁਤ ਕੀਤੀ ਇਹਨਾਂ ਨੇ ਜੀ ਹਾਂ ਮੇ ਦਾਦੀ ਦੀ ਵੀ ਬਹੁਤ ਸੇਵਾ ਕੀਤੀ ਸਾਡੇ ਡੈਡੀ ਦੀ ਵੀ ਹਾਂ ਲੁਧਿਆਣੇ ਸੀ ਦਾਖਲੋਂ ਤੋਂ ਡੀ ਐਮ ਸੀ ਦੇ ਵਿੱਚ ਹਸਪਤਾਲ ਦੇ ਵਿੱਚ ਇਹਨਾਂ ਨੇ ਅਪ ਡਾਉਨ ਕਰਨਾ ਉਥੋਂ ਲੁਧਿਆਣੇ ਦੇ ਉਹਨਾਂ ਆਰ ਰੋਜ ਇਹਦੇ ਪਿੱਛੇ ਜੀ ਜਾਣਾ ਫੇਰ ਆਉਣਾ ਜਾਣਾ ਫੇਰ ਆਉਣਾ ਹੂੰ ਬਹੁਤ ਜ਼ਿਆਦਾ ਸੇਵਾ ਕੀਤੀ ਇਹਨਾਂ ਨੇ ਇਹਦੇ ਪਿੱਛੇ ਮੇਰੀ ਮਾਂ ਦੀ ਸਿੱਖਿਆ ਹੀ ਸੀਗੀ ਜੀ ਹਾਂ ਘਰ ਦੇ ਵਿੱਚ ਹੁਣ ਇਹ ਨਹੀਂ ਕਿ ਕਿ ਕੈਮਰੇ ਦੇ ਸਾਹਮਣੇ ਮੈਂ ਸਿਰਫ ਤੇ ਸਿਰਫ ਚੰਗੀਆਂ ਗੱਲਾਂ ਪੋਜ਼ਿਟਿਵ ਵੀ ਦੱਸੀ ਜਾਵਾਂ 네ਗੇਟਿਵ ਵੀ ਹੁੰਦੀਆਂ ਜਿਵੇਂ ਸ਼ੁਰੂ ਚੇ ਦੱਸ ਕੇ ਗਿਆ ਵੀ ਮੈਨੂੰ ਨਾ ਗੁੱਸਾ ਵੀ 6 ਮਹੀਨੇ ਸਾਲ ਬਾਅਦ ਆਉਂਦਾ ਨਾਰਮਲੀ ਆਮ ਨਹੀਂ ਮੈਨੂੰ ਰਹਿੰਦਾਗਾ ਹਨਾ ਕਦੇ ਸਾਲ ਕੁ ਬਾਅਦ ਫਿਰ ਮੈਨੂੰ ਕਾਫੀ ਗੁੱਸਾ ਆਉਂਦਾ ਤੇ ਕਈ ਵਾਰ ਇਸ ਤਰ੍ਹਾਂ ਹੋ ਵੀ ਜਾਂਦਾ ਨਾ ਤਾਂ ਜਦੋਂ ਇਹਨਾਂ ਨੇ ਕਦੇ ਮੰਮੀ ਨੂੰ ਬੁਲਾ ਲੈਣਾ ਵੀ ਮੰਮੀ ਦੇਖੋ ਇਹਨਾਂ ਨੇ ਇਹਨੇ ਇੰਜ ਕੀਤਾ ਆ ਜਾਂ ਇੰਜ ਕੀਤਾ ਤਾਂ ਮੇਰੇ ਮੰਮੀ ਦਾ ਬਸ ਇੱਕ ਹੀ ਕਹਿਣਾ ਹੁੰਦਾ ਸੀਗਾ ਵੀ ਮੈਂ ਵਿੱਚ ਇੰਟਰਫੇਅਰ ਨਹੀਂ ਕਰਨਾਗਾ ਤੁਹਾਡੇ ਘਰ ਦਾ ਮਸਲਾ ਮੈਂ ਕਹਿੰ ਰਹੀ ਮੰਮੀ ਤਾਂ ਗੁੱਸੇ ਹੁੰਦੀ ਵੀ ਤੁਸੀਂ ਮੇਰੀ ਸਪੋਰਟ ਨਹੀਂ ਕੀਤੀ ਗਈ ਪਰ ਉਹਨਾਂ ਨੇ ਕਹਿਣਾ ਵੀ ਨਹੀਂ ਬੇਟਾ ਤੂੰ ਹੁਣ ਉਹਨਾਂ ਦੀ ਧੀ ਹੈ ਉਹ ਤੇਰੇ ਮਾਪੇ ਆ ਤੇ ਉਹ ਤੇਰੇ ਲਈ ਚੰਗਾ ਹੀ ਸੋਚਣਗੇ ਜੋ ਸੋਚਣਗੇ ਨਾ ਜੋ ਉਹਨਾਂ ਦਾ ਫੈਸਲਾ ਹੋਊਗਾ ਚੰਗਾ ਹੀ ਹੋਊਗਾ ਹਾਂਜੀ ਤੇ ਮੇਰੀ ਹਮੇਸ਼ਾ ਮਦਦ ਰਹੀ ਬਸ ਇਹੀ ਕੋਸ਼ਿਸ਼ ਹੁੰਦੀ ਸੀਗੀ ਤੇ ਬਾਕੀ ਮੈਂ ਉਹਦੇ ਪੇਕਿਆਂ ਦੀ ਗੱਲ ਕਦੇ ਵੀ ਸਹੁਰੇ ਨਹੀਂ ਕੀਤੀ ਤੇ ਸਹੁਰਿਆਂ ਦੀ ਗੱਲ ਮੈਂ ਕਦੇ ਪੇਕਿਆਂ ਨੂੰ ਨਹੀਂ ਅੱਜ ਤੱਕ ਨਹੀਂ ਦੱਸੇਗੀ ਮਤਲਬ ਪੋਜ਼ਿਟਿਵ ਤਾਂ ਭਵੇਂ ਦੱਸ ਦਿਆਂ ਪਰ ਮੈਨੇਗੇਟਿਵ ਗੱਲ ਮੈਂ ਕਦੇ ਨਹੀਂ ਦੱਸੀ ਗਈ ਉਹਨਾਂ ਨੇ ਗੁੱਸਾ ਭਾਜੀ ਇਹਨਾਂ ਨੂੰ ਕਿਸ ਗੱਲ ਤੇ ਆ ਜਾਂਦਾ ਬੱਸ ਹੀ ਆ ਜਾਂਦਾ ਇਹ ਗੁੱਸੇ ਦਾ ਕੀ ਜਗ ਹੈ ਮਾੜੀ ਮਾੜੀ ਗੱਲ ਤਾਂ ਕਈ ਵਾਰ ਹੋ ਜਾਂਦਾ ਕਈ ਵਾਰੀ ਜੇ ਕੋਈ ਕੁਝ ਸਪੈਸ਼ਲ ਕੋਈ ਗੱਲ ਤਾਂ ਨਹੀਂ ਹੁੰਦੀ ਨਹੀਂ ਕਈ ਵਾਰੀ ਕੋਈ ਜਿਵੇਂ ਹੁਣ ਉਹਨਾਂ ਨੇ ਕਿਹਾ ਤੁਸੀਂ ਇੰਨਾ ਸਪੋਰਟ ਕੀਤਾ ਪੜਾਇਆ ਖਾਇਆ ਨਾ ਸਾਰਾ ਕੁਝ ਫੇਰ ਚਲਦੀ ਗੱਲ ਤੇ ਕਦੇ ਕਦੇ ਗੁੱਸਾ ਕਰ ਲੈਂਦੇ ਕਦੇ ਗੱਲ ਹੋ ਜਾਂਦੀ ਕਈ ਵਾਰੀ ਕਰੇ ਤੁਸੀਂ ਵੀ ਗੁੱਸਾ ਕਰਦੇ ਹੋ ਇਹਨਾਂ ਤੇ ਨਹੀਂ ਮੈਂ ਕਿਸੇ ਤੇ ਵੀ ਨਹੀਂ ਕਰਦਾ ਨਹੀਂ ਇਹ ਨਹੀਂ ਕਰਦੇ ਜੀ ਤਾਂ ਇਹਨਾਂ ਦੀ ਕੰਪਨੀ 'ਚ ਤਾਂ ਸਾਰੇ ਹੱਸਦੇ ਹੀ ਰਹਿੰਦੇ ਆ ਕੁਝ ਇਹਨਾਂ ਦੇ ਮਜਾਜ 'ਚ ਤੁਹਾਨੂੰ ਬਦਲਣ ਦੀ ਜ਼ਰੂਰਤ ਪਈ ਕਿ ਲੱਗਿਆ ਵੀ ਨਹੀਂ ਮੁੰਡਾ ਉਵੇਂ ਦਾ ਚਲੋ ਜਿਵੇਂ ਦਾ ਮੈਂ ਜ਼ਿੰਦਗੀ 'ਚ ਸੋਚਦੀ ਸੀ ਮੈਨੂੰ ਜਿਵੇਂ ਦਾ ਚਾਹੀਦਾ ਸੀ ਮੈਂ ਨਾ ਸ਼ੁਰੂ ਦੇ ਵਿੱਚ ਜੀ ਅਧਿਆਤਮਵਾਦ ਨਾਲ ਕਾਫੀ ਜੁੜੀ ਹੋਈ ਸੀਗੀ ਕਿਉਂਕਿ ਮੇਰੇ ਡੈਡੀ ਗ੍ਰੰਥੀ ਵੀ ਸੀਗੇ ਤੇ ਉਹ ਸਾਰੀ ਦਾ ਕੰਮ ਤਾਂ ਮਜਬੂਰੀ ਬਣ ਗਈ ਸੀਗੀ ਉਹਨਾਂ ਦਾ ਥੋੜਾ ਜਿਹਾ ਸਮਾਂ ਉਹਨਾਂ ਨੇ ਕੀਤਾ ਤੇ ਸਾਡੇ ਘਰ ਦੇ ਵਿੱਚ ਧਾਰਮਿਕ ਕਿਤਾਬਾਂ ਜ਼ਿਆਦਾ ਹੁੰਦੀਆਂ ਸੀ ਸੂਫੀਆਨਾ ਅਸਰ ਮੇਰੇ ਤੇ ਕਾਫੀ ਸੀ ਗਿਆ ਮੇਰੀ ਕਲਪਨਾ ਕੁਝ ਹੋਰ ਸੀਗੀ ਤੇ ਹਾਂਜੀ ਉਦੋਂ ਜਦੋਂ ਮੈਰਿਜ ਹੋ ਗਈ ਉਸ ਤੋਂ ਬਾਅਦ ਇੱਕ ਨਾ ਸਟੇਜ ਹਰ ਲੇਡੀ ਤੇ ਜਿਵੇਂ ਆਉਂਦੀ ਉਹਨੂੰ ਐਂ ਜਿ ਲੱਗਦਾ ਵਿਕਾਸ ਇਦਾਂ ਨਾ ਹੁੰਦਾ ਇਦਾਂ ਹੁੰਦਾ ਇਸ ਤਰ੍ਹਾਂ ਹੁੰਦਾ ਇਸ ਤਰ੍ਹਾਂ ਹੁੰਦਾ ਹਨ ਹਰ ਹਰੇਕ ਤੇ ਆਉਂਦਾ ਸਮਾਂ ਤਾਂ ਮੈਨੂੰ ਵੀ ਐਂ ਜਿ ਲੱਗਣ ਲੱਗ ਗਿਆ ਸੀਗਾ ਵੀ ਨਹੀਂ ਵੀ ਜੋ ਮੈਂ ਸੋਚਿਆ ਸੀਗਾ ਉਵੇਂ ਨਹੀਂ ਹਨਾ ਪਰ ਹੌਲੀ 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 ਇਹਨਾਂ ਨੂੰ ਮੈਂ ਆਪਦੇ ਮੁਤਾਬਕ ਢਾਲਦੀ ਗਈ ਏ ਮੇਰੇ ਮੁਤਾਬਕ ਢਲਦੇ ਗਏ ਤਾਂ ਫਿਰ ਅਸੀਂ ਇੱਕ ਦੂਜੇ ਵਿੱਚ ਹੌਲੀ ਹੌਲੀ ਰੰਗ ਗਏ ਜੀ ਪਜੀ ਤੁਹਾਨੂੰ ਐ ਲੱਗਿਆ ਨਹੀਂ ਵੀ ਨਹੀਂ ਮੈਂ ਜਿਵੇਂ ਦਾ ਹੈਗਾ ਠੀਕ ਆ ਮੈਂ ਕਿਉਂ ਤੁਹਾਡੇ ਕਹਿਣੇ ਚ ਹਾਂ ਜਾਂ ਮੈਂ ਤੁਹਾਡੇ ਮੁਤਾਬਕ ਕਿਉਂ ਬਣਾ ਨਹੀਂ ਨਹੀਂ ਇਹੋ ਜਿਹਾ ਕੁਝ ਵੀ ਨਹੀਂ ਹੋਇਆ ਜੀ ਹੁਣ ਹੁਣ ਤੱਕ ਵੀ ਨਹੀਂ ਹੋਇਆ ਕਿ ਤਾ ਜੀ ਹੁਣ ਕੱਪੜੇ ਪਹਿਰਾ ਕੱਢਣੇ ਹੈਗੇ ਮੈਚਿੰਗ ਕਰਨੀਆਂ ਇਹਨਾਂ ਨੇ ਕੱਢ ਕੇ ਫਿਰ ਸਕੂਲ ਜਾਣਾ ਹੈਗਾ ਅੱਛਾ ਹਾਂ ਜੀ ਤੇ ਕਦ ਸਤਾਰ ਜਿਹੜੀ ਹੈਗੀ ਆ ਅਸੀਂ ਦੋਨੇ ਇਕੱਠੇ ਗਏ ਸੀ ਆਪਣੇ ਹਜ਼ੂਰ ਸਾਹਿਬ ਗਏ ਸੀ ਜੀ ਉੱਥੇ ਤੋਂ ਅਸੀਂ ਗਏ ਨਾ ਜੀ ਸਾਰਿਆਂ ਦੇ ਦਸਤਾਰ ਸਜੀ ਹੋਈ ਤੇ ਮੇਰੇ ਬਿਲਕੁਲ ਕਲਿਮ ਸ਼ੈਪ ਆ ਜਾਵਾ ਹਾਂਜੀ ਬਸ ਉਹ ਤੋਂ ਠੋਕਰ ਲੱਗ ਗਈ ਤੇ ਇਹਨਾਂ ਨੇ ਆਖੇ ਕਰ ਕਹਿੰਦੇ ਤੁਸੀਂ ਦਸਤਾਰ ਕਹਿੰਦੇ ਬੰਨਣਾ ਸ਼ੁਰੂ ਕਰ ਦੋ ਕਹਿੰਦੇ ਮੈਂ ਹੌਲੀ ਹੌਲੀ ਦਸਤਾਰ ਚਲੋ ਬੰਨਣੀ ਸ਼ੁਰੂ ਕਰ ਦਿੰਦੀ ਮੈਂ ਸ਼ੌਪ ਤੇ ਮੈਂ ਹੁਣ ਕਿਵੇਂ ਬੰਨਾਂਗੀ ਉਹ ਟੇਢੀ ਮੇਢੀ ਬੰਨਣੀ ਆਉਂਦੀ ਸੀਗੀ ਇਹ ਸ਼ੌਪ ਤੇ ਜਾ ਕੇ ਬੈਠੇ ਤਾਂ ਪ੍ਰਭਾਵ ਪਊਗਾ ਕਸਟਮਰ ਜਿਹੜੇ ਆਉਣਗੇ ਵੀ ਡਾਕਟਰ ਆ ਕੇ ਕੀ ਇਹ ਪਰ ਹੌਲੀ ਹੌਲੀ ਦਸਤਾਰ ਮੈਂ ਹੁਣ ਮੈਂ ਸਿੱਖਣੀ ਸ਼ੁਰੂ ਕਰ ਦਿੱਤੀ ਜਦੋਂ ਪੂਰੀ ਸਿੱਖਣੀ ਮੈਨੂੰ ਆ ਗਈ ਫਿਰ ਮੈਂ ਉੱਥੇ ਜਾ ਕੇ ਬੈਠਣ ਲੱਗਿਆ ਦਸਤਾਰ ਬਨਣਗੇ ਉਸੋ ਵੀ ਇੰਨਾ ਦੀ ਦੇਣੀ ਹੌਲੀ ਹੌਲੀ ਬਸ ਤੇ ਮੇਰੀ ਰੀਤ ਸੀਗੀ ਵੀ ਸ਼ੁਰੂ ਚਾਈ ਸੀ ਮੈਨੂੰ ਵੀ ਮੁੰਡਾ ਸਰਦਾਰ ਹੋਵੇ ਤੇ ਫਿਰ ਇਹ ਸਰਦਾਰ ਬਣ ਗਿਆ ਤੇ ਕਮੀ ਕੋਈ ਨਹੀਂ ਜੀ ਬਿਲਕੁਲ ਦੇਖੋ ਨਹੀਂ ਤਾਂ ਮੁੰਡੇ ਕਹਿੰਦੇ ਹੁੰਦੇ ਆ ਵੀ ਜਿੱਦਾਂ ਦਾ ਮੈਂ ਹੈਗਾ ਮਤਲਬ ਹਨਾ ਮੈਂ ਮੈਂ ਹੀ ਰਹੂੰਗਾ ਕੁੜੀਆਂ ਤਾਂ ਚਲੋ ਬਹੁਤ ਛੇਤੀ ਤਬਦੀਲੀ ਨੂੰ ਕਬੂਲ ਲੈਂਦੀਆਂ ਨੇ ਹਾਂਜੀ ਹਾਂਜੀ ਤੇ ਉਦਾਂ ਮੁੰਡਿਆਂ ਲਈ ਬਹੁਤ ਔਖੀ ਜਿਹੀ ਲਾ ਦਿੰਦੀਆਂ ਉਹਨਾਂ ਨੂੰ ਇਹ ਇਹ ਹਰ ਸ਼ੌਕ ਮੇਰਾ ਪੂਰਾ ਕਰਦੇ ਆ ਮੈਂ ਭਾਵੇਂ ਮਤਲਬ ਕੋਈ ਲੱਖ ਦੀ ਚੀਜ਼ ਵੀ ਮੰਗ ਲਾਂ ਨਾ ਜਿਵੇਂ ਮੈਨੂੰ ਆ ਆ ਗਹਿਣਾ ਚਾਹੀਦਾ ਮੈਂ ਆ ਬਣਾਉਣਾ ਜਾਂ ਤਾਂ ਅੱਜ ਤੱਕ ਨਾ ਨਹੀਂ ਮੈਂ ਇਹਨਾਂ ਦੇ ਮੂੰਹੋਂ ਸੁਣੀਗੀ ਬਿਲਕੁਕੁਲ ਨਹੀਂ ਕਰਦੇਗੇ ਇਸੋ ਜਦੋਂ ਵੀ ਮੇਰੀ ਤਨਖਾਹ ਆਉਂਦੀ ਮੈਨੂੰ ਕਹਿੰਣਗੇ ਤੂੰ ਕੀ ਕਰਨੇ ਆ ਤੂੰ ਜਮਾ ਕਰਾ ਕੇ ਤੂੰ ਸੂਟ ਲੈ ਲੈ ਹਾਂ ਮੈਨੂੰ ਹਰ ਵਾਰੀ ਇਹੀ ਇਹੀ ਕੁਐਸਚਨ ਹੁੰਦਾ ਇਹਨਾਂ ਦਾ ਕਿ ਸੂਟ ਨਹੀਂ ਲੈਣਾ ਤੂੰ ਸੂਟ ਲੈ ਲੈ ਜਾਂ ਕਿ ਆ ਚੀਜ਼ ਜੁੱਤੀ ਲੈ ਲੈ ਤੇ ਮਤਲਬ ਸਾਰੇ ਸ਼ੌਕ ਮੇਰੇ ਪੂਰੇ ਕਰਦੇ ਆ ਜੀ ਮੈਂ ਕਹੂੰਗੀ ਤੁਸੀਂ ਲੈ ਲਓ ਕਹਿੰਗੇ ਨਹੀਂ ਤੂੰ ਲੈ ਲਾ ਤੇ ਜੇ ਇਸੇ ਤਰ੍ਹਾਂ ਕੋਈ ਖਾਣ ਪੀਣ ਵਾਲੀ ਚੀਜ਼ ਹੁੰਦੀ ਆ ਇਹ ਮੈਨੂੰ ਕਹਿੰਗੇ ਨਹੀਂ ਤੂੰ ਖਾ ਲੈ ਮੈਂ ਕਹਿੰਦੀ ਨਹੀਂ ਤੁਸੀਂ ਕਹੋ ਨਹੀਂ ਇਹ ਤਾਂ ਬਹੁਤ ਘੱਟ ਮਤਲਬ ਜੋੜਿਆਂ ਨੂੰ ਆ ਨਾ ਨਹੀਂ ਤਾਂ ਇੱਕ ਅੱਧੀ ਪ੍ਰੋਬਲਮ ਤਾਂ ਹੁੰਦੀ ਆ ਵੀ ਨਹੀਂ ਬਾਕੀ ਸਾਰਾ ਕੁਝ ਠੀਕ ਆ ਪਰ ਮੈਨੂੰ ਆ ਸਮੱਸਿਆ ਹੈ ਨਾ ਤਾਂ ਹਨਾ ਤੇ ਤੁਹਾਨੂੰ ਦੋਨਾਂ ਨੂੰ ਕੋਈ ਸਮੱਸਿਆ ਨਹੀਂ ਇੱਕ ਦੂਜੇ ਤੋਂ ਨਹੀਂ ਜੀ ਸ਼ੁਰੂ ਦੇ ਵਿੱਚ ਹੋਣ ਗਿਆ ਹੁਣ ਤਾਂ ਸਾਨੂੰ ਯਾਦ ਵੀ ਨਹੀਂ ਵੀ ਕੋਈ ਸਮੱਸਿਆ ਸੀਗੀ ਦੇ ਪਰ ਅਸੀਂ ਸਾਨੂੰ ਐਡਜਸਟ ਕਰਨਾ ਬਹੁਤ ਆਉਂਦਾ ਹੈ ਜੀ ਦੋਵੇਂ ਅਸੀਂ ਸਫਾਈ ਪਸੰਦ ਬਹੁਤ ਹੈ ਇਹਨਾਂ ਨੇ ਪੂਰਾ ਸਹਿਯੋਗ ਦੇਣਾ ਜੀ ਮੈਨੂੰ ਇਸ ਤਰ੍ਹਾਂ ਨਹੀਂ ਕਦੇ ਸੋਚਦੇਗੇ ਵੀ ਇਹ ਮੇਰਾ ਕੰਮ ਨਹੀਂ ਹੈਗਾ ਅਸੀਂ ਰਲ ਮਿਲ ਕੇ ਸਵੇਰੇ ਇਹਨਾਂ ਨੂੰ ਪਤਾ ਦੇ ਵੀ ਇਹਨੇ ਡਿਊਟੀ ਤੇ ਜਾਣਾ ਜਾਂ ਛੁੱਟੀ ਹੈ ਵੀ ਅੱਜ ਇਹਨੂੰ ਛੁੱਟੀ ਹੋਈ ਹੈ ਇਹਨੇ ਰੈਸਟ ਵੀ ਕਰਨੀ ਹੈ ਤੇ ਮੈਨੂੰ ਪੂਰਾ ਸਹਿਯੋਗ ਕਰਦੇ ਆ ਕਦੇ ਕਿਸੇ ਤਰ੍ਹਾਂ ਦੀ ਹੀਣ ਭਾਵਨਾ ਮਤਲਬ ਨਾ ਕੋਈ ਯੋਗਤਾ ਨੂੰ ਲੈ ਕੇ ਨਾ ਕਿਸੇ ਹੋਰ ਵਜ੍ਹਾ ਨੂੰ ਲੈ ਕੇ ਕਦੇ ਨਹੀਂ ਅਸੀਂ ਮਹਿਸੂਸ ਨਹੀਂ ਕਰਦੇਗੇ ਜੀ ਪਤੀ ਜੀ ਮੈਂ ਤੁਸੀਂ ਮਤਲਬ ਹਨਾ ਤੁਸੀਂ 10ਵੀਂ ਕੀਤੀ ਸੀ ਜਦੋਂ ਤੁਹਾਡਾ ਵਿਆਹ ਹੋਇਆ ਤੇ ਤੁਹਾਨੂੰ ਨਹੀਂ ਲੱਗਿਆ ਵੀ ਬਹੁਤ ਵਾਰੀ ਤਾਂ ਬੰਦਾ ਇਨਸਿਕਿਉਰਿਟੀ 'ਚ ਆ ਜਾਂਦਾ ਹਨਾ ਕਿ ਜੇ ਵਾਈਫ ਪੜ ਰਹੀ ਆ ਕੱਲ ਨੂੰ ਕਿਸੇ ਜੌਬ ਤੇ ਲੱਗ ਗਈ ਤਾਂ ਹੁਣ ਤਾਂ ਮਤਲਬ ਵਿਆਹ ਤੋਂ ਪਹਿਲਾਂ ਪੁੱਛਿਆ ਜਾਂਦਾ ਕਿ ਇੱਕ ਦੂਜੇ ਦੀ ਕੁਆਲੀਫਿਕੇਸ਼ਨ ਮੈਚ ਕੀਤੀ ਜਾਂਦੀ ਆ ਹਨਾ ਪਰ ਜਿਵੇਂ ਜਿਵੇਂ ਪੜਦੇ ਗਏ ਗਰੋ ਕਰਦੇ ਗਏ ਇੱਕ ਸਰਕਾਰੀ ਅਹੁਦੇ ਤੇ ਵੀ ਪਹੁੰਚ ਗਏ ਹਨਾ ਤਾਂ ਤੁਹਾਡੇ ਮਨ 'ਚ ਇਨਸਿਕਿਉਰਿਟੀ ਨਹੀਂ ਸੀ ਤੁਹਾਡੇ ਹਾਲਾਤ ਕੁਝ ਇਸ ਤਰ੍ਹਾਂ ਦੇ ਸੀਗੇ ਹਾਂਜੀ ਵੀ ਇਨਕਮ ਵੀ ਹੈ ਨਹੀਂ ਸੀ ਕਿਸੇ ਸਾਈਡ ਤੋਂ ਸ਼ਾਪ ਦਾ ਕੰਮ ਵੀ ਕੁਸਿਸਤ ਕਹਿੰਦਾ ਸੀ ਆ ਮੈਨੂੰ ਇਹ ਸੀ ਵੀ ਚਲੋ ਪੜ੍ਹਦੇ ਕਰੀਏ ਹੌਲੀ ਹੌਲੀ ਕਿਤੇ ਨਾ ਕਿਤੇ ਕੋਈ ਲਾਈਨ ਕੋਈ ਮਿਲ ਜੂਗੀ ਕਿ ਟੀਚਰ ਲਾਈਨ ਮਿਲ ਜੂਗਾ ਕਿਤੇ ਚਲੋ ਆਪਦਾ ਹੌਲੀ ਹੌਲੀ ਟਾਈਮ ਪਾਸ ਵਧੀਆ ਹੋਣ ਲੱਗ ਜੂਗਾ ਉਸ ਕਹੀਂ ਹੈ ਹੌਲੀ ਹੌਲੀ ਪੜ੍ਹਦੇ ਗਏ ਗਾਂ ਟੀਚਰ ਲੱਗ ਗਏ ਫਿਰ ਹੌਲੀ ਹੌਲੀ ਕਦੇ ਮਨ ਚ ਕਿਤੇ ਨਹੀਂ ਆਇਆ ਵੀ ਮੈਂ ਵੀ ਪੜਾਂ ਕਿਤੇ ਉਹ ਇੰਨਾ ਪੜ ਕੇ ਮੁੜ ਕੇ ਬਾਅਦ ਚੋਂ ਆਕੜੀ ਕਰਨ ਲੱਗ ਜਵੇਗਾ ਛੱਡ ਕੇ ਚਲੀ ਜਾਵੇ ਹੈਨਾ ਸ਼ੁਰੂ ਤੋਂ ਮੈਂ ਕਿਹਾ ਸੀ ਕਿ ਮੈਨੂੰ ਆਪ ਨੂੰ ਪੜ੍ਹਨ ਦਾ ਸ਼ੌਂਕ ਹੀ ਹੈ ਨਹੀਂ ਸੀ ਜੀ ਹਾਂ ਜੇ ਮੈਂ ਪੜਦਾ ਵੀ ਭੁੱਲ ਜਾਂਦਾ ਕੋਈ ਪੜਦਾ ਨਾ ਭੁੱਲ ਜਾਂਦਾ ਬਸ ਹੌਲੀ ਹੌਲੀ ਬੜੀ ਮਤਲਕ 10th ਕੀਤੀ ਬੜੀ ਮੁਸ਼ਕਿਲ ਨਾਲ ਕੀਤੀ ਮਤਲਕ ਹੌਲੀ ਹੌਲੀ ਕੁਝ ਮਾਈਂਡ ਹੀ ਕੁਸਰਤ ਕਹਿੰਦਾ ਸਹੀ ਆ ਬਸ ਮੀ ਦੇ ਵਿੱਚ ਨਹੀਂ ਕੁਝ ਟੀਚਰ ਪਾ ਵੀ ਦਿੰਦੇ ਭਾਵੇਂ ਹੌਲੀ ਹੌਲੀ ਪਾਈ ਵੀ ਜਾਂਦੇ ਪਰ ਫਿਰ ਵੀ 10 15 ਮਿੰਟਾਂ ਬਾਅਦ ਬਸ ਖਤਮ ਸਾਰਾ ਕੁਝ ਨਹੀਂ ਦੇਖੋ ਫਿਰ ਵੀ ਪੋਜ਼ਿਟਿਵ ਗੱਲ ਆ ਕਿ ਉਹਨਾਂ ਨੇ ਨਾ ਉਹ ਸਾਰੀ એનર્ਜੀ ਤੁਹਾਡੇ ਤੇ ਲਗਾਈ ਹਾਂਜੀ ਹੁਣ ਵੀ ਜਦੋਂ ਮੇਰਾ ਕੋਈ ਲੇਖ ਛਪਦਾ ਹੈ ਹੈ ਨਾ ਤਾ ਮੈਨੂੰ ਲੱਗਦਾ ਵੀ ਮੇਰੀ ਮਾਂ ਨੂੰ ਵੀ ਨਹੀਂ ਉਨੀ ਖੁਸ਼ੀ ਹੁੰਦੀ ਜਿੰਨੀ ਖੁਸ਼ੀ ਐ ਮੈਂ ਮਹਿਸੂਸ ਕਰਦੀ ਮੈਂ ਖੁਦ ਵੀ ਉਨੀ ਖੁਸ਼ ਨਹੀਂ ਹੁੰਦੀਗੀ ਤੇ ਇਹ ਐਨੇ ਐਨੇ ਖੁਸ਼ ਹੁੰਦੇ ਵੀ ਅੱਜ ਤੇਰਾ ਆਰਟੀਕਲ ਲੱਗਿਆ ਜਾਂ ਅੱਜ ਤੇਰੀ ਤੇਰੀ ਇੰਟਰਵਿਊ ਹੋਣੀ ਐ ਹਨਾ ਤਾਂ ਮਤਲਬ ਮੇਰੇ ਨਾਲ ਵੱਧ ਕੇ ਖੁਸ਼ ਹੁੰਦੇ ਆ ਕਿ ਤੁਹਾਡੇ ਨਾਲ ਉਹ ਲੜਾ ਆਰਟੀਕਲ ਤੁਸੀਂ ਲਾਇਆ ਸੀ ਉਹ ਗੁੱਤਾ ਕੁਝ ਫੜ ਕੇ ਬਾਹਰ ਕੱਢੇ ਗਣਕਸ ਜਦੋਂ ਮੈਨੂੰ ਗੁੱਤਾ ਨੇ ਜ਼ਿੰਦਗੀ ਬਖਸ਼ੀ ਹਾਂ ਉਹ ਮੇਰੇ ਛੋਟੇ ਹੁੰਦਿਆਂ ਦੀ ਕਹਾਣੀ ਸੀਗੀ ਇੱਕ ਅ ਮੈਂ ਨਹਿਰ ਦੇ ਵਿੱਚ ਡਿੱਗ ਗਈ ਸੀਗੀ ਜੀ। ਨਹਿਰ ਸੁਹਾ ਹੋਈ ਐ। ਸੇਮ ਨਾਲਾ ਸੀਗਾ ਸਾਡੇ ਪਿੰਡ ਦਾ ਸੇਮ ਨਾਲਾ ਸੀਗਾ। ਉਦੋਂ 6-7 ਸਾਲ ਦੀ ਸੀਗੀ ਮੈਂ। ਸਾਡੇ ਪਿੰਡ ਦੇ ਵਿੱਚ ਸੇਮ ਨਾਲਾ ਨਿਕਲਦਾ ਸੀ। ਮੇਰੇ ਚਾਚਾ ਜੀ ਦਾ ਵਿਆਹ ਰੱਖਿਆ ਹੋਇਆ ਸੀਗਾ। ਤੇ ਉਹ ਸਾਡੇ ਨਾਲ ਪਿੰਡ 'ਚ ਸੇਮ ਨਾਲੇ ਨੂੰ ਪਾਰ ਕਰਕੇ ਮਟੀਆਂ ਬਣੀਆਂ ਹੋਈਆਂ ਸੀ ਜਿੱਥੇ ਸਾਰਾ ਪਿੰਡ ਮਟੀਆਂ ਤੇ ਦਸਵੀਂ ਵਾਲੇ ਦਿਨ ਲੱਸੀ ਪਾਉਣ ਜਾਂਦਾ ਸੀ। ਤੇ ਦਾਦੀ ਜੀ ਕਹਿਣ ਲੱਗੇ ਵੀ ਘਰ 'ਚ ਵਿਆਹ ਰੱਖਿਆ ਹੋਇਆ ਤੇ ਬਾਬਾ ਜੀ ਦੇ ਲੱਸੀ ਪਾ ਕੇ ਆਉਣੀ ਆ। ਤੇ ਮੰਮੀ ਹਰਿਆਣੋਂ ਤਾਂ ਉਹਨਾਂ ਨੇ ਚਲੋ ਕੋਈ ਕੰਮ ਧੰਦੇ ਲਾਤਾ ਮੰਮੀ ਨੂੰ ਤੇ ਭੂਆ ਜੀ ਹੋਰਾਂ ਨੂੰ ਤੇ ਮੈਂ ਛੋਟੀ ਜੀ ਸੀ ਤੇ ਮੈਨੂੰ ਮੇਰੇ ਸਾਟਨ ਦੀ ਉਹਨਾਂ ਨੇ ਫਰਾਕ ਪਵਾਈ ਕਹਿੰਦੇ ਕਿ ਚੱਲ ਪੁੱਤ ਆਪ ਲੱਸੀ ਪਾ ਕੇ ਆਉਣੀ ਆ ਮਮੀ ਨੇ ਮੇਰੇ ਦੋ ਗੁੱਤਾ ਕਰਤੀਆਂ ਅੱਗੇ ਪਿੱਛੇ ਕਰੇਲੇ ਕਰਦੇ ਹੁੰਦੇ ਸੀਗੇ ਇੱਥੇ ਰਿਬਨ ਜਾਂ ਪਾ ਕੇ ਪਰ ਉਦੋਂ ਉਹਨਾਂ ਨੇ ਸਿੱਧੀਆਂ ਗੁੱਤਾ ਕਰਤੀਆਂ ਜੀ ਮੇਰੇ ਦਾਦੀ ਜੀ ਨੇ ਪਤਾ ਸੇ ਲੈ ਕੱਚੀ ਲੱਸੀ ਲਈ ਮੈਨੂੰ ਉਂਗਲ ਨਾਲ ਉਂਗਲ ਲਈ ਤੇ ਚਲੋ ਅਸੀਂ ਜੀ ਦੋਵੇਂ ਜਾਈਆਂ ਲੱਸੀ ਪਾਉਣ ਲਈ ਚਲ ਗਈਆਂ ਅੱਛਾ ਉੱਥੇ ਸਾਡੇ ਨਾਲ ਸੇਮ ਨਾਲੇ ਤੇ ਪੁਲ ਨਹੀਂ ਉਦੋਂ ਬਣਿਆ ਹੁੰਦਾ ਸੀਗਾ ਖੰਬੇ ਰੱਖੇ ਹੁੰਦੇ ਸੀਗੇ ਦੋ ਜੋੜ ਕੇ ਨਾ ਵੈਸੇ ਖੰਬੇ ਰੱਖੇ ਪਾਣੀ ਉਦੋਂ ਹੜਾਏ ਹੋਏ ਸੀਗੇ ਜੀ ਉਹਨਾਂ ਦਿਨਾਂ ਦੇ ਵਿੱਚ ਤੇ ਉਹ ਪਾਣੀ ਨਾ ਖੰਬਿਆਂ ਦੇ ਨਾਲ ਛੋਂਦਾ ਸੀਗਾ ਤੇ ਮੈਂ ਉਹ ਪੈਰ ਮਾਰਨ ਲੱਗ ਗਈ ਜਦੋਂ ਤੇ ਦਾਦੀ ਜੀ ਨੇ ਮੈਨੂੰ ਰੋਕਿਆ ਵੀ ਕਹਿੰਦੇ ਕਿ ਨਾ ਪੁੱਤਾ ਕਿ ਤਿਲਕਣ ਹੋ ਜਾਊਗੀ ਤੇ ਵਿੱਚ ਡਿੱਗ ਜੇਗੀ ਤੇ ਉਹ ਫਿਰ ਬਚਪਨ ਸੀ ਬਚਪਨ ਬਚਪਨ ਹੀ ਹੁੰਦਾ ਜੀ ਉਹ ਤੇ ਮੈਂ ਚੌੜੋਂਵੇਂ ਕਰੀ ਗਈ ਨਾ ਰੁਕੀ ਮੈਂ ਹੋਇਆ ਕਿ ਉਹ ਤਿਲਕਣ ਹੋ ਗਈ ਜੀ ਉੱਥੇ ਤਿਲਕਣ ਹੁੰਦੇ ਨਾਲ ਤੇ ਮੈਂ ਉਸ ਸੇਮ ਨਾਲੇ ਦੇ ਵਿੱਚ ਡਿੱਗ ਪਈ ਤੇ ਉਸ ਸਾਲ ਸਾਡੇ ਪਿੰਡ ਦਾ ਇੱਕ ਬੜਾ ਜਵਾਨ ਮੁੰਡਾ ਮਰਿਆ ਸੀਗਾ ਤੇ ਕੁਛ ਮੱਝਾਂ ਰੁੜਗੀਆਂ ਸੀਗੀਆਂ ਜੀ ਮਤਲਬ ਇੰਨਾ ਪਾਣੀ ਆਇਆ ਹੋਇਆ ਸੀਗਾ ਤੇ ਉਹ ਮੇਰੇ ਨਾ ਦਾਦੀ ਜੀ ਨੂੰ ਉੱਚਾ ਸੁਣਦਾ ਸੀਗਾ ਕਾਫੀ ਉੱਚਾ ਸੁਣਦਾ ਸੀ ਉਹਨਾਂ ਨੂੰ ਬਚਪਨ ਤੋਂ ਉਹਨਾਂ ਨੇ ਬੜੇ ਦੁੱਖ ਦੇਖੇ ਸੀਗੇ ਮਾਪਿਓ ਦੀ ਮੌਤ ਹੋ ਗਈ ਸੀ ਤੇ ਕਈ ਹੋਰ ਵਜ੍ਹਾ ਬਣੀਆਂ ਮੇਰੇ ਭੂਆ ਜੀ ਸੀਗੇ ਤੇ ਪਿੰਡ ਕੰਮਿਆਣੇ ਵਿਆਹੇ ਹੋਏ ਸੀਗੇ ਉਹਨਾਂ ਨੂੰ ਉਹਦੇ ਸਹਰਿਆਂ ਨੇ ਮਾਰਤਾ ਸੀਗਾ ਜੀ ਦਾਜ ਦੇ ਵਿੱਚ ਮਾਰਤਾ ਸੀ ਤੇ ਉਹਨਾਂ ਦੀ লাশ ਵੀ ਨਹੀਂ ਮਿਲੀ ਸੀਗੀ ਲਾਸ਼ ਦਾ ਪਤਾ ਹੀ ਨਹੀਂ ਲੱਗਿਆ ਸੀਗਾ ਵੀ ਕਿਸ ਨਹਿਰ ਚ ਸਿੱਟਿਆ ਉਹਨਾਂ ਨੂੰ ਕਿ ਕੀ ਹੋਇਆ ਤਾਂ ਇਸ ਤਰ੍ਹਾਂ ਦੇ ਹਾਲਾਤ ਸੀਗੇ ਉਸ ਸਮੇਂ ਤਾਂ ਅੱਛਾ ਮੈਂ ਜਦੋਂ ਨਹਿਰ ਦੇ ਵਿੱਚ ਡਿਗ ਸੇਮ ਨਾਲ ਦੇ ਵਿੱਚ ਡਿਗ ਪੀਣਾ ਜੀ ਤੇ ਮੈਨੂੰ ਉਹ ਸੀਨ ਅੱਜ ਤੱਕ ਵੀ ਯਾਦ ਹੈ ਕਿਵੇਂ ਸਾਹ ਘੁੱਟਿਆ ਗਿਆ ਕਿਵੇਂ ਅੰਜ ਲੱਗਦਾ ਸੀਗਾ ਵੀ ਮੈਨੂੰ ਇੱਕ ਵਾਰੀ ਇੱਕ ਵਾਰੀ ਸਾਹ ਆ ਜੇ ਕੰਨਾਂ ਚ ਪਾਣੀ ਪੈ ਗਿਆ ਮੂੰਹ ਚ ਪਾਣੀ ਪੈ ਗਿਆ ਜਦੋਂ ਵੀ ਹੁਣ ਕਿਤੇ ਕਿਸੇ ਦੀ ਮੈਂ ਕੋਈ ਡੁੱਬਦੇ ਦੀ ਖਬਰ ਸੁਣਦੀ ਆ ਨਾ ਤਾਂ ਅੱਜ ਵੀ ਮੇਰੀ ਰੂਹ ਕੰਬ ਜਾਂਦੀ ਹੈ ਤੇ ਉਹ ਉਹ ਛੋਟੀ ਜੀ ਉਮਰ ਦਾ ਉਹ ਜਿਹੜਾ ਦੁਖਾਂਤ ਮੇਰੇ ਨਾਲ ਵਾਪਰਿਆ ਉਹ ਮੈਨੂੰ ਹਜੇ ਤੱਕ ਨਹੀਂ ਭੁੱਲਦਾ ਤਾਂ ਕਹਿੰਦੇ ਤਾਂ ਜਦੋਂ ਬੰਦਾ ਪਾਣੀ ਵਿੱਚ ਡਿੱਗਦਾ ਥੱਲੇ ਜਾ ਕੇ ਇੱਕ ਵਾਰੀ ਉੱਪਰ ਆਉਂਦਾ ਉੱਪਰ ਜਰੂਰ ਆਉਂਦਾ ਉੱਪਰ ਜਰੂਰ ਆਉਂਦਾ ਜੀ ਹਾਂਜੀ ਤਾਂ ਜਦੋਂ ਮੈਂ ਉੱਪਰ ਆਈ ਨਾ ਤੇ ਮੇਰੀਆਂ ਗੁੱਤਾਂ ਤਰਨ ਲੱਗ ਗਈਆਂ ਗੁੱਤਾਂ ਬਹੁਤ ਲੰਬੀਆਂ ਸੀ ਵਾਲ ਬਹੁਤ ਲੰਬੇ ਹੁੰਦੇ ਸੀ ਮੇਰੇ ਉਹ ਦਾਦੀ ਜੀ ਨੇ ਗੁੱਤ ਤੋਂ ਫੜ ਕੇ ਪਹਿਲਾਂ ਵਿਚਾਰੀ ਚੇਕਾ ਚੋਕਾ ਮਾਰੀ ਗਿਆ ਆਸ-ਪਾਸ ਰੌਲਾ ਪਾਈ ਗਿਆ ਕਿ ਆਸ ਖੇਤ ਸੀ ਕਿ ਕੋਈ ਨਹੀਂ ਸੀ ਖੇਤ ਦੇ ਵਿੱਚ ਦੁਪਹਿਰ ਦਾ ਸਮਾਂ ਹੋ ਗਿਆ ਸੀਗਾ ਤੇ ਜਦੋਂ ਜੀ ਉਹ ਗੁੱਤਾਂ ਮੇਰੀਆਂ ਤਰਨ ਲੱਗੀਆਂ ਤਾਂ ਦਾਦੀ ਜੀ ਨੇ ਗੁੱਤਾਂ ਤੋਂ ਮੈਨੂੰ ਫੜ ਕੇ ਤੇ ਬਾਹਰ ਕੱਢ ਲਿਆ ਤਾਂ ਇੱਕ ਵਾਰੀ ਤਾਂ ਮੈਂ ਥੋੜਾ ਜਿਹਾ ਹੱਸੀ ਬਾਹਰ ਆ ਕੇ ਤੇ ਫੇਰ ਰੋਣਾ ਸ਼ੁਰੂ ਕਰਤਾ ਦਾਦੀ ਜੀ ਨੇ ਉਹ ਮੁੱਦੇ ਲਟਾ ਕੇ ਵਿਚਾਰਾ ਨਹੀਂ ਪਾਣੀ ਪੂਣੀ ਕੱਢਿਆ ਤਾਂ ਉਹਦੀ ਗੱਲ ਕਰ ਰਹੀ ਆ ਵੀ ਥੋੜੇ ਤੋਂ ਪਹਿਲਾਂ ਮੈਂ ਇਹ ਆਰਟੀਕਲ ਇੱਕ ਅਖਬਾਰ ਨੂੰ ਵੀ ਭੇਜਿਆ ਇੱਕ ਕਿਤਾਬ ਛਪ ਰਹੀ ਸੀ ਕਿ ਕੋਈ ਕੁਝ ਪੈਣਾ ਦੇ ਉਹਨਾਂ ਨੇ ਹੱਡ ਬਿੱਤੀ ਮੰਗਵਾਈ ਸੀ ਤਾਂ ਮੈਂ ਉਹਦੇ ਵਿੱਚ ਵੀ ਉਹ ਭੇਜਿਆ ਤੇ ਪਰ ਨਹੀਂ ਮੈਂ ਇਹਨਾਂ ਨੂੰ ਮਿਲਣਾ ਸੀ ਤੇ ਫਿਰ ਮੈਂ ਕੁਝ ਨਹੀਂ ਹੋਣ ਲੱਗਿਆ ਸੀ ਮੈਨੂੰ ਤੁਹਾਨੂੰ ਖੁਸ਼ੀ ਹੁੰਦੀ ਹੈ ਜਦੋਂ ਕੋਈ ਮਤਲਬ ਇਹਨਾਂ ਬਾਰੇ ਤੁਹਾਨੂੰ ਦੱਸਦਾ ਵੀ ਇਹਨਾਂ ਵਧੀਆ ਲਿਖਦੇ ਨੇ ਜੈ ਇਹਨਾਂ ਵਧੀਆ ਅਧਿਆਪਕ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਜੀ ਬੜੀ ਲੱਗਦਾ ਹਾਂ ਜੀ ਬਹੁਤ ਵਧੀਆ ਲੱਗਦਾ ਹੈ ਜੀ ਜਦੋਂ ਤੁਹਾਡਾ ਬੇਟਾ ਹੋਇਆ ਤਾਂ ਜਿਵੇਂ ਤੁਸੀਂ ਉਸ ਤਰ੍ਹਾਂ ਵੀ ਕਿੰਨਾ ਸਮਾਂ ਪੜੇ ਹਨ ਤੁਸੀਂ ਤਕਰੀਬਨ ਆਪਾਂ ਜਦੋਂ 10ਵੀਂ ਤੋਂ ਬਾਅਦ ਕੋਈ ਪੋਸਟ ਗ੍ਰੈਜੂਏਸ਼ਨ ਤੱਕ ਜਾਂਦੇ ਆ ਤਾਂ ਸਾਡੇ 10-12 ਸਾਲ ਦੀ ਮਿਹਨਤ ਹੁੰਦੀ ਹੈ ਉਸ ਚੀਜ਼ 'ਚ ਹਨਾ ਤੇ ਤੁਸੀਂ ਤਿੰਨ ਡਿਗਰੀਜ਼ ਕੀਤੀਆਂ ਉਸ ਤੋਂ ਬਾਅਦ ਤੇ ਇਸ ਚੀਜ਼ 'ਚ ਤੁਹਾਡੇ ਬੇਟੇ ਨੂੰ ਉਦੋਂ ਜਿਵੇਂ ਬਹੁਤ ਜ਼ਿਆਦਾ ਮਾਂ ਦੀ ਜ਼ਰੂਰਤ ਹੁੰਦੀ ਹੈ ਬੱਚੇ ਨੂੰ ਹਨਾ ਫਿਰ ਤੁਸੀਂ ਘਰ ਵੀ ਸੰਭਾਲਣਾ ਤੁਸੀਂ ਪੜ ਵੀ ਰਹੇ ਸੀ ਉਦੋਂ ਇਹਨਾਂ ਨੇ ਮਤਲਬ ਬੇਟੇ ਨੂੰ ਪਾਲਣ 'ਚ ਇਹਨਾਂ ਦੀ ਕਿਵੇਂ ਦੀ ਸਪੋਰਟ ਸੀਗੀ ਇਹ ਤਾਂ ਆਪਣਾ ਜੀ ਦੁਕਾਨ ਤੇ ਚਲੇ ਜਾਂਦੇ ਸੀਗੇ ਹਨਾ ਮੇਰੀ ਦਾਦੀ ਸੱਸ ਦਾ ਬਹੁਤ ਸਹਿਯੋਗ ਰਿਹਾ ਜੀ ਜੇ ਬਾਕੀ ਨਾ ਮੈਂ ਕਦੇ ਇੱਕ ਜਿਹੜਾ ਮੈਂ ਆਰਟੀਕਲ ਸਾਨ ਤੋਂ ਪਹਿਲਾਂ ਲਿਖਿਆ ਸੀ ਉਹ ਸੀ ਵਿਵਤਾ ਕੁੜੀਆਂ ਪੜ੍ਹਾਈ ਲਈ ਸਮਾਂ ਕਿਵੇਂ ਕੱਢਣ ਹਾਂਜੀ ਇਹ ਨਹੀਂ ਵੀ ਤੁਹਾਡੇ ਗ੍ਰੈਸਸ ਤੇ ਪ੍ਰਭਾਵਿਤ ਹੋਵੇ ਫਿਰ ਉਸ ਪੜ੍ਹਨ ਦਾ ਕੋਈ ਫਾਇਦਾ ਨਹੀਂ ਹੈਗਾ ਜੇ ਤੁਸੀਂ ਕਿਤਾਬਾਂ ਲੈ ਕੇ ਬੈਠੇ ਹੋ ਪਰਿਵਾਰ ਤੁਹਾਡਾ ਰੋਟੀ ਉਡੀਕੀ ਜਾਂਦਾ ਚਾਹ ਪਾਣੀ ਉਡੀਕੀ ਜਾਂਦਾ ਹਨਾ ਤਾਂ ਇਹੋ ਜਿਹੀ ਪੜ੍ਹਾਈ ਦਾ ਵੀ ਫਿਰ ਕੋਈ ਫਾਇਦਾ ਨਹੀਂ ਹੈਗਾ ਤਾਂ ਮੈਂ ਸ਼ੁਰੂ ਤੋਂ ਨਾ ਮੈਨੂੰ ਆਦਤ ਸੀ ਮੇਰੇ ਪਰਿਵਾਰ ਦੇ ਵਿੱਚ ਸਾਡੇ ਆਦਤ ਸੀ ਅਸੀਂ ਜਲਦੀ ਉੱਠਦੇ ਸੀ ਤੇ 9 ਵਜੇ ਉੱਠਣਾ 4 ਵਜੇ ਉੱਠਣਾ ਤਾਂ ਮੈਂ ਸ਼ੁਰੂ ਤੋਂ ਛੇਤੀ ਉੱਠਦੀ ਸੀ ਜੀ ਕਦੇ 3:30 ਉੱਠਣਾ 4 ਵਜੇ ਉੱਠ ਕੇ ਪਹਿਲਾਂ ਆਪਦਾ ਆਪਦਾ ਪੜਨਾ ਆਪਦੀ ਚਾਹ ਬਣਾ ਲੈਣੀ ਪੜਨਾ ਲਿਖਣਾ ਫਿਰ ਸਾਡਾ ਵਿਹੜਾ ਕੱਚਾ ਹੁੰਦਾ ਸੀਗਾ ਘਰ ਬਹੁਤ ਵੱਡਾ ਸੀਗਾ ਫਿਰ ਉੱਠ ਕੇ ਸਾਰਾ ਵਿਹੜਾ ਸਾਫ਼ ਕਰ ਲੈਣਾ ਘਰ ਪਰਿਵਾਰ ਸਾਰਾ ਸੁੱਤਾ ਹੁੰਦਾ ਸੀਗਾ ਜੀ ਉਹਨਾਂ ਦੇ ਪੂਰਾ ਫਿਰ ਉਹਨਾਂ ਦੇ ਉੱਠਣ ਦੇ ਉਣ ਉੱਠਣ ਤੋਂ ਪਹਿਲਾਂ ਨਾ ਮੈਂ ਸਾਰੇ ਝਾੜੂ ਕੱਢ ਦਿੰਦੀ ਸੀ ਜੀ ਤੇ ਕਈ ਵਾਰੀ ਤਾਂ ਜੇ ਜਦੋਂ ਲੱਗਦਾ ਵੀ ਲੋੜ ਪੈਂਦੀ ਵੀ ਗੋਹਾ ਮਿੱਟੀ ਵੀ ਫੇਰਨ ਦੀ ਲੋੜ ਹੈ ਤਾਂ ਸ਼ਾਮ ਨੂੰ ਮੈਂ ਗੋਹਾ ਇਕੱਠਾ ਕਰਕੇ ਤੇ ਮਿੱਟੀ ਮਟੇਰ ਲਾ ਕੇ ਰੱਖ ਲੈਣੀ ਸਵੇਰੇ ਹਜੇ ਕੋਈ ਸੁੱਤਾ ਵੀ ਨਹੀਂ ਉੱਠਿਆ ਹੁੰਦਾ ਸੀਗਾ ਜਦੋਂ ਮੈਂ ਸਾਰੇ ਵਿਹੜੇ ਦੇ ਵਿੱਚ ਗੋਹਾ ਮਿੱਟੀ ਵੀ ਫੇਰ ਦੇਣਾ ਤੇ ਮਤਲਬ ਮੈਂ ਆਪਦੀ ਪੜ੍ਹਾਈ ਦਾ ਅਸਰ ਪਰਿਵਾਰ ਤੇ ਨਹੀਂ ਪੈਣ ਦਿੱਤਾਗਾ ਬਿਲਕੁਲ ਵੀ ਅੱਛਾ ਤੇ ਬੇਟਾ ਵੀ ਤੁਸੀਂ ਜੇ ਮੇਰਾ ਦੇਖੋ ਤੁਸੀਂ ਉਥੋਂ ਪਹਿਲਾਂ ਤਸਵੀਰਾਂ ਦੇਖ ਚੁੱਕੇ ਹੋ ਸੁਖਨਾਲ 6 ਫੁੱਟ ਦਾ ਜਵਾਨ ਹੈ ਤੇ ਬੇਟੇ ਦੀ ਪਰਵਰਿਸ਼ ਵੀ ਭਾਵੇਂ ਅਸੀਂ ਕਿਵੇਂ ਵੀ ਰਹੇ ਆ ਪਰ ਬੇਟੇ ਦੀ ਪਰਵਰਿਸ਼ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀਗੀ ਬੇਟਾ ਜੇ ਮੈਂ ਜਾਣਦਾ ਹੁੰਦਾ ਸੀ ਤਾਂ ਆਉਂਦੇ ਆਉਂਦੇ ਨੂੰ ਮੈਂ ਠੰਡਾਈ ਰਗੜ ਕੇ ਰੱਖਣੀ ਅੱਗੇ ਠੰਡਾਈ ਮੁੰਡਿਆਂ ਨੂੰ ਦਿੰਦੇ ਬਾਦਾਮ ਪਾ ਕੇ ਖਸਖਸ ਪਾ ਕੇ ਆਪਣਾ ਤੇ ਮਗਜ਼ ਵਗੈਰਾ ਪਾ ਕੇ ਕੁੰਡੇ ਚ ਰਗੜ ਕੇ ਦੇਣੀ ਤਾਂ ਮਤਲਬ ਬੇਟੇ ਦੀ ਪਰਵਰਿਸ਼ ਵਿੱਚ ਦੀ ਵੀ ਮੈਂ ਕੋਈ ਇਸ ਤਰ੍ਹਾਂ ਦੀ ਕਮੀ ਨਹੀਂ ਰੱਖੇਗੀ ਬਾਕੀ ਜਿਹੜਾ ਪਰਿਵਾਰ ਨੂੰ ਦੇਣ ਵਾਲਾ ਸਮਾਂ ਸੀਗਾ ਪੂਰੀ ਕੋਸ਼ਿਸ਼ ਕੀਤੀ ਹੈ ਵੀ ਮੈਂ ਬੈਲੈਂਸ ਰੱਖਾਂ ਤੇ ਇਹੀ ਕਾਰਨ ਰਿਹਾ ਵੀ ਪਰਿਵਾਰ ਮੈਨੂੰ ਸਪੋਰਟ ਕਰਦਾ ਰਿਹਾ ਤੇ ਹੱਲਾਸ਼ੇਰੀ ਦਿੰਦਾ ਰਿਹਾ ਤੇ ਡੈਡੀ ਜੀ ਸਾਡੇ ਜਿਹੜੇ politcal ਉਹਨਾਂ ਦਾ ਸਰਕਲ ਵੀ ਸੀਗਾ ਬਾਹਰਲੇ ਮੁਲਕ ਦੇ ਵਿੱਚ ਵੀ ਉਹ ਸਾਊਦੀ ਅਰਬ ਦੇ ਵਿੱਚ ਵੀ ਕਾਫੀ ਸਮਾਂ ਲਾ ਕੇ ਆਏ ਆ ਤੇ ਤੁਸੀਂ ਦੇਖੋ ਵੀ ਜਿਵੇਂ ਪਹਿਲਾਂ ਉਹ ਟਰੱਕ ਦਾ ਕੰਮ ਵੀ ਕਰਦੇ ਰਹੇ ਆ ਵੀ ਬੰਦਿਆਂ ਦੀ ਸੋਚ ਬਦਲ ਜਾਂਦੀ ਹੈ ਹਨਾ ਔਰਤਾਂ ਦੇ ਪ੍ਰਤੀ ਪਰ ਇਸ ਤਰ੍ਹਾਂ ਦਾ ਕੁਝ ਨਹੀਂ ਸੀਗਾ ਉਹਨਾਂ ਨੇ ਤਾਂ ਸਗੋਂ ਮੈਨੂੰ ਮੋਟੀਵੇਟ ਕੀਤਾ ਨਹੀਂ ਬੇਟਾ ਤੁਸੀਂ ਅੱਗੇ ਪੜੋ ਪੜੋ ਲਿਖੋ ਅੱਗੇ ਵਧੋ ਜੇ ਕੋਈ ਮਿਲਣ ਵੀ ਆ ਜਾਂਦਾ ਸੀ ਨਾ ਤੇ ਤਾਂ ਵੀ ਉਹਨਾਂ ਨੇ ਮੈਨੂੰ ਕਹਿਣਾ ਵੀ ਬੇਟਾ ਤੁਸੀਂ ਆਪ ਗੱਲ ਕਰੋ ਮੈਂ ਡੈਡੀ ਜੀ ਨੂੰ ਕਹਿਣਾ ਡੈਡੀ ਜੀ ਆ ਫਲਾਨੀ ਗੱਲ ਫਲਾਨੀ ਨਾਲ ਕਰਨੀ ਆ ਜੀ ਤੁਸੀਂ ਉਹਨਾਂ ਨੂੰ ਐ ਕਹਿ ਦਿਓਗੇ ਨਹੀਂ ਬੇਟਾ ਫਿਰ ਕੀ ਹੋ ਗਿਆ ਤੁਸੀਂ ਆਪ ਗੱਲ ਕਰੋ ਮਤਲਬ ਐ ਨਹੀਂ ਕਿ ਸਾਡੇ ਪਰਿਵਾਰ ਦੀ ਨੌਂ ਆ ਵੀ ਕਿਸੇ ਨੂੰ ਕਿਉਂ ਮਿਲੇ ਜਾਏ ਇਸ ਤਰ੍ਹਾਂ ਨਹੀਂ ਹੋਇਆ ਗਿਆ ਤੇ ਇਹੀ ਕਾਰਨ ਆ ਜੀ ਜੇ ਅੱਜ ਮੈਂ ਕੁਝ ਕਰ ਰਹੀ ਆ ਤਾਂ ਇਹਨਾਂ ਦੇ ਸੋਚ ਦੇ ਬਦਲੋ ਦੇ ਕਾਰਨ ਹੈ ਸਾਡਾ ਬੇਟਾ ਵੀ ਮਤਲਬ ਉਸ ਤਰ੍ਹਾਂ ਨਿਕਲਿਆ ਮਿਹਨਤ ਬਹੁਤ ਕਰਦਾ ਸੀ ਉਹ ਇੱਥੇ ਵੀ ਬਹੁਤ ਮਿਹਨਤ ਕੀਤੀ ਉਹਨੇ ਗਾਹ ਫੋਰਨ ਦੇ ਵਿੱਚ ਵੀ ਜਾ ਕੇ ਬਹੁਤ ਮਿਹਨਤ ਕੀਤੀ ਮੇਰਾ ਮੈਨ ਸੈਟਲ ਹੈ ਜੀ ਸਾਡਾ ਜਿੱਥੇ ਆਪਦਾ ਬਿਜ਼ਨਸ ਹੈ ਆਪਦਾ ਤੇ ਆਪਦਾ ਘਰ ਹੈ 10 11 ਸਾਲ ਹੋ ਗਏ ਜੀ ਨੂੰ ਉਦੇਸ਼ ਗਏ ਨੇ ਜੀ ਇਹਨਾਂ ਦਾ ਸੁਭਾਅ ਤੁਹਾਡੇ ਮਦਰ ਨਾਲ ਕਿਵੇਂ ਦਾ ਸੀ ਜਿਵੇਂ ਫਾਦਰ ਨਾਲ ਤਾਂ ਬਹੁਤ ਚੰਗਾ ਸੀ ਨਾ ਉਹ ਆਪ ਦੱਸਦੇ ਨੇ ਵੀ ਉਹਨਾਂ ਨੇ ਬਹੁਤ ਮੋਟੀਵੇਟ ਕੀਤਾ ਜਿਵੇਂ ਘਰ 'ਚ ਤੁਹਾਡੇ ਦਾਦੀ ਵੀ ਸੀਗੇ ਤੁਹਾਡੇ ਮਦਰ ਵੀ ਸੀ ਉਹਨਾਂ ਨਾਲ ਇਹਨਾਂ ਦਾ ਮਤਲਬ ਕਿਵੇਂ ਦਾ ਤਾਲਮੇਲ ਸੀਗਾ ਆਪਸ ਵਿੱਚ ਮੇਰੇ ਮੰਮੀ ਨਾਲ ਜੀ ਹਾਂ ਜੀ ਪਹਿਲਾਂ ਨਹੀਂ ਸੀ ਹੋਣਾ ਹੁਣ ਵਧੀਆ ਬਹੁਤ ਜ਼ਿਆਦਾ ਵਧੀਆ ਹੋ ਗਿਆ ਪਹਿਲਾਂ ਨਹੀਂ ਹੈਗਾ ਸੀ ਪਹਿਲਾਂ ਨਹੀਂ ਸੀਗਾ ਮੇਰੇ ਮੰਮੀ ਵੀ ਸੁਭਾਅ ਉਸ ਤੱਕ ਗਰਮ ਸੀਗਾ ਜੀ ਤੇ ਗਰਮ ਹੀ ਇੱਧਰ ਸੀਗਾ ਜੀ ਬਸ ਗਰਮ ਹੋਣ ਕਰਕੇ ਫਿਰ ਟਕਰਾਉਂਦਾ ਸੀ ਤੁਹਾਨੂੰ ਕਦੀ ਸਮਝਾਉਣਾ ਨਹੀਂ ਪਿਆ ਵੀ ਚਲੋ ਪਰਮਗੇ ਤੁਸੀਂ ਸਮਝਾਉਂਦੇ ਸੀ ਸਾਡੇ ਡੈਡੀ ਬਹੁਤ ਸਮਝਾਉਂਦੇ ਸੀ ਪਰ ਸਾਡੇ ਮੰਮੀ ਦਾ ਵੀ ਸੁਭਾਅ ਥੋੜਾ ਜਿਹਾ ਉਸ ਤਰ੍ਹਾਂ ਦਾ ਸੀਗਾ ਜੀ ਅੱਜ ਮੈਨੂੰ ਪਛਤਾਵਾ ਹੁੰਦਾ ਜੀ ਵੀ ਮੈਂ ਉਹਨਾਂ ਦਾ ਮੁਕਾਬਲਾ ਕਿਉਂ ਕਰਦੀ ਸੀ ਪਰ ਹੁਣ ਬਹੁਤ ਚੇਂਜ ਹੋ ਗਏ ਬਹੁਤ ਜਵਾਬ ਜਦੋਂ ਮੈਂ ਆਪਣੇ ਸੁਭਾ ਨੂੰ ਬਦਲਿਆ ਮੈਨੂੰ ਲੱਗਿਆ ਵੀ ਨੀਵੇਂ ਹੋਣ ਨਾਲ ਕੋਈ ਫਰਕ ਨਹੀਂ ਪੈਂਦਾ ਹੁੰਦਾਗਾ ਜੇ ਤੁਹਾਨੂੰ ਵੱਡੇ ਕੋਈ ਗੱਲ ਕਹਿੰਦੇ ਆ ਨਾ ਜ਼ਰੂਰੀ ਨਹੀਂਗਾ ਵੀ ਜੇ ਉਹਦੀ ਗੱਲ ਤਾਂ ਤੁਸੀਂ ਮੋੜਵਾ ਜਵਾਬ ਦਿਓ ਚੁੱਪ ਕਰ ਜਾਓ ਉਹਨਾਂ ਦੀ ਹਾਂ ਚ ਹਾਂ ਬੁਲਾ ਕੇ ਤਾਂ ਦੇਖੋ ਜਦੋਂ ਹੌਲੀ ਹੌਲੀ ਕਿਉਂਕਿ ਉਹਦੇ ਮੇਰੇ ਚ ਬਚਪਨਾ ਸੀਗਾ ਉਮਰ ਛੋਟੀ ਸੀਗੀ ਅਜਾ ਕੁਝ ਦੇਖਿਆ ਨਹੀਂ ਸੀਗਾ ਹਣਾ ਤਾਂ ਮੈਨੂੰ ਕੋਈ ਕੁਝ ਕਹਿੰਦਾ ਸੀ ਤਾਂ ਬਰਦਾਸ਼ਤ ਨਹੀਂ ਹੁੰਦਾ ਸੀਗਾ ਹਣ ਜਦੋਂ ਮੈਂ ਆਪਦੇ ਸੁਭਾਅ ਨੂੰ ਬਦਲਣਾ ਸ਼ੁਰੂ ਕੀਤਾ ਤੇ ਸੋਚ ਨੂੰ ਬਦਲਣਾ ਸ਼ੁਰੂ ਕੀਤਾ ਤਾਂ ਉਹੀ ਮੰਮੀ ਨੇ ਮੈਨੂੰ ਆਦੀ ਮਾਤੋਂ ਵੀ ਜਿਆਦਾ ਚੰਗੇ ਲੱਗਦੇ ਆ ਤੇ ਉਹ ਐਨਾ ਪਿਆਰ ਕਰਦੇ ਆ ਉਹ ਐਨਾ ਮੈਨੂੰ ਸਹਿਯੋਗ ਕਰਦੇ ਆ ਉਹ ਗੱਲ ਰਹੀ ਨਹੀਂ ਉਹ ਚਲੇ ਜਾਂਦੇ ਹੈਗੇ 8 8:30 ਚਲੇ ਜਾਂਦੇ ਹੈਗੇ ਤੇ ਰੋਟੀ ਪਾਣੀ ਉੱਪਰ ਆ ਕੇ ਉਹਨਾਂ ਨੇ ਪਹਿਲਾਂ ਮੇਰੀ ਬਣਾਣੀ ਹੈ ਕਿ ਉਹਨਾਂ ਨੇ ਆਪ ਖਾਣੀ ਹੈਗੀ ਆ ਜਦ ਕਿ ਉਹ ਸਾਡੇ ਛੋਟੇ ਨਾਲ ਵੈਸੇ ਅਸੀਂ ਇਕੱਠੇ ਹੀ ਆ ਪਰ ਸਾਡਾ ਜਿਵੇਂ ਦੋ ਪੋਰਸ਼ਨ ਬਣੇ ਹੋਏ ਆ ਜੀ ਇੱਕ ਉਹ ਮੰਮੀ ਤੇ ਠੇਠਾਂ ਵਾਲੇ ਹੋ ਜਾਂਦਾ ਵੀ ਉੱਪਰ ਕੱਲਾ ਹੈਗਾ ਹਾਂ ਹਾਂ ਬੰਦਾਂ ਨਾਲੇ ਮੇਰੀ ਰੋਟੀ ਬਣਾਉਂਦੇ ਆ ਦੇਖੋ ਵੀ ਉਹ ਨਹੀਂ ਮੰਮੀ ਸਾਡੇ ਜਿਹੜੇ ਉਦੋਂ ਮੇਰੇ ਪੇਪਰਾਂ ਵੇਲੇ ਵੀ ਸਹਿਯੋਗ ਨਹੀਂ ਕਰਦੇ ਸੀਗੇ ਤੇ ਅੱਜ ਮੇਰੇ ਨਾਲ ਉਹ ਐਨਾ ਕਰਦੇ ਆ ਮਤਲਬ ਮੁਕਾਬਲੇਵਾਜੀ ਵਿੱਚ ਨਹੀਂ ਪੈਣਾ ਚਾਹੀਦਾ ਕਦੇ ਵੀ ਜੇ ਤੁਸੀਂ ਰਿਸ਼ਤੇ ਕਿਤੇ ਹੁਣ ਵੈਸੇ ਬਿਮਾਰ ਨੇ ਕਿਤੇ ਹੋ ਜਾਣ ਨਾ ਕਿਤੇ ਇਹ ਤੇ ਫਿਰ ਵੀ ਉਹਨਾਂ ਨੇ نیچے ਆ ਕੇ ਉੱਥੇ ਪੁੱਛਣਾ ਆ ਕੇ ਬੇਟੇ ਰੋਟੀ ਮੈਂ ਬਣਾਵਾ ਫਿਰ ਰੋਟੀ ਮੈਂ ਮੈਨੂੰ ਕਹਣਾ ਉਹਨਾਂ ਨੇ ਪਰਮਜੀਤ ਮੇਰੇ ਨਾਲ ਚੱਲ ਤੇ ਪੂਰਾ ਸਹਿਯੋਗ ਕਰਦੇ ਆ ਜੀ ਨੇ ਉਸ ਵਕਤ ਜਦੋਂ ਮਤਲਬ ਨਵੇਂ-ਨਵੇਂ ਹੁੰਨੇ ਆ ਹਨਾ ਆਪਾਂ ਤਾਂ ਕੁਝ ਥੋੜਾ ਜਿਹਾ ਬੇਗਾਨਗੀ ਦਾ ਅਹਿਸਾਸ ਵੀ ਹੁੰਦਾ ਨਾ ਜਿਵੇਂ ਉਦੋਂ ਆਪਾਂ ਨੂੰ ਕਹਿ ਦਿੰਦੇ ਨੇ ਕਿ ਤੁਸੀਂ ਸੱਸ ਚੋਂ ਮਾਂ ਦੇਖੋ ਪਰ ਮਾਂ ਵੀ ਉਦੋਂ ਦਿਖਦੀ ਹੈ ਜਦੋਂ ਹਨਾ ਸੱਸ ਥੋੜਾ ਜਿਹਾ ਮਾਂ ਵਾਲਾ ਰੋਲ ਨਿਭਾਉਣਾ ਸ਼ੁਰੂ ਕਰੇ ਪਰ ਜਦੋਂ ਪਹਿਲਾਂ ਟਕਰਾਜ ਆ ਹੋਣਾ ਸ਼ੁਰੂ ਹੋ ਜਾਂਦਾ ਤੇ ਫਿਰ ਸਾਡੇ ਮਨ ਚ ਵੀ ਤਲਕੀ ਉਹਨਾਂ ਦੇ ਮਨ ਚ ਤਾਂ ਆਉਣੀ ਹੋਈਆਂ ਕਿਉਂਕਿ ਉਹਨਾਂ ਦਾ ਘਰ ਹੁੰਦਾ ਆ ਜਾਂਦੀ ਹਾਂ ਹਾਂ ਉਹ ਵੀ ਹੁਣ ਆ ਜਾਂਦੇ ਹੈਗੇ ਆ ਤੇ ਉਸ ਵਕਤ ਭਾਜੀ ਤੁਹਾਡੀ ਭੂਮਿਕਾ ਕੀ ਰਹਿੰਦੀ ਹੁੰਦੀ ਸੀ ਵੀ ਕਦੀ ਐ ਮਤਲਬ ਬਹੁਤੀਆਂ ਕੁੜੀਆਂ ਨੂੰ ਸ਼ਿਕਾਇਤ ਹੁੰਦੀ ਆ ਵੀ ਨਹੀਂ ਇਹ ਤਾਂ ਮਾਂ ਦਾ ਸਾਥ ਦੇਣ ਲੱਗ ਗਿਆ ਨਾ ਜਾਂ ਮਾਮਾ ਨੂੰ ਹੋ ਜਾਂਦੀ ਆ ਵੀ ਲੈ ਘਰ ਵਾਲੀ ਜਦੋਂ ਦੀ ਆਈ ਆ ਇਹ ਮੇਰੀ ਨਹੀਂ ਸੁਣ ਰਿਆ ਤਾਂ ਤੁਹਾਡੀ ਭੂਮਿਕਾ ਕਿਵੇਂ ਦੀ ਸੀ ਦੋਨਾਂ ਦੇ ਵਿਚਕਾਰ ਭੂਮਿਕਾ ਇਹ ਸੀਗੀ ਵੀ ਮਲਾਂ ਕਾਫੀ ਮਿਲ ਕੇ ਇਹ ਪਾਸੇ ਰਹਿੰਦੇ ਸੀਗੇ ਮੈਂ ਸੱਚੀ ਦੱਸਦੀ ਇਹ ਪਾਸੇ ਰਹਿੰਦੇ ਜਾਂ ਤਾਂ ਡੈਡੀ ਆਉਂਦੇ ਤਾਂ ਇਹਨੂੰ ਬੋਲਾ ਕਿਤੇ ਆ ਕੇ ਜਨਾ ਮम्मी ਨੂੰ ਬੋਲਾ ਕਰ ਜੀ ਹਾਂ ਜੀ ਇਹਨੂੰ ਪਤਾ ਲੱਗ ਹੀ ਜਾਂਦਾ ਸੀ ਆ ਵੀ ਇਹ ਵੀ ਉਹ ਨੂੰ ਬੋਲੀ ਹੋਣੀ ਆ ਉਹ ਨੂੰ ਬੋਲੀ ਹੋਣੀ ਆ ਤੇ ਬੋਲਾ ਫਰਮਾ ਕਿਨੂੰ ਫਰੀ ਹਾਂਜੀ ਹੌਲੀ 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 ਆਪ ਸਾਂਉਣ ਫਿਰ ਉਵੇਂ ਹੋ ਜਾਂਦੀ ਸੀ ਇਹ ਪਾਸ ਇਹ ਪਾਸੇ ਰਹਿੰਦੇ ਸੀ ਜਾਂ ਤਾਂ ਮੇਰਾ ਦਿਓਰ ਵਿੱਚ ਬੋਲਦਾ ਸੀ ਜਾਂ ਡੈਡੀ ਜੀ ਬੱਸ ਕਿ ਮੈਂ ਤਾਂ ਸ਼ੌਪ ਤੇ ਹੁੰਦਾ ਸੀ ਬੜਾ ਟਾਈਮ ਤੱਕ ਹਾਂਜੀ ਇਹਨਾਂ ਨੇ ਮੈਂ ਮਤਲਬ ਸਾਡੇ ਘਰ ਜਦੋਂ ਨੂੰ ਮੈਂ ਆਉਂਦਾ ਸੀ ਉਦੋਂ ਸਾਰਾ ਕੁਝ ਹੋ ਕੇ ਖਤਮ ਵੀ ਹੋ ਜਾਂਦਾ ਤੂਫਾਨ ਆ ਕੇ ਸ਼ਾਂਤ ਸ਼ਾਂਤ ਹੋ ਜਾਂਦਾ ਸਾਡੇ ਘਰ ਦੀ ਖਾਸियत ਹੈ ਜੀ ਮਤਲਬ ਇਹ ਦੋਵੇਂ ਭਰਾ ਆਪਦੇ ਬਜ਼ੁਰਗਾਂ ਅੱਗੇ ਕ ਕੋਈ ਨਹੀਂ ਬੋਲਦਾ ਸੀਗਾ ਤੇ ਬਸ ਮੇਰੇ ਮੇਰੀ ਵੀ ਮੰਮੀ ਜੀ ਨਾਲ ਕਦੇ ਹੋ ਜਾਂਦੀ ਸੀ ਜਦੋਂ ਬੋਲਦੇ ਸੀ ਮੇਰੇ ਨਾਲ ਨਹੀਂ ਸੀ ਮੰਮੀ ਦੇ ਐਕਚੁਅਲੀ ਮੇਰੇ ਦਾਦੀ ਸੱਸ ਤੇ ਮੇਰੇ ਸੱਸ ਦੀ ਨਹੀਂ ਬਣਦੀ ਸੀਗੀ ਤੇ ਉਹ ਜਦੋਂ ਫਿਰ ਜਿੰਦਾ ਮੈਂ ਫੇਵਰ ਲੈਂਦੀ ਸੀ ਉਹ ਦੂਜੀ ਨੂੰ ਚੰਗਾ ਨਹੀਂ ਲੱਗਦਾ ਸੀਗਾ ਐਕਚੁਅਲੀ ਵੀ ਮੈਂ ਨਹੀਂ ਕਦੇ ਲੜਦੀ ਸੀ ਉਹ ਵਜਾ ਉਹ ਬਣਦੇ ਸੀਗੇ ਫਿਰ ਤੁਸੀਂ ਵਿਚ ਵਿਚਕਾਰ ਹੈ ਨਾ ਹਾਂ ਮੈਂ ਵਿਚ ਵਿਚਕਾਰ ਹਾਂਜੀ ਹਾਂਜੀ ਨਾਲੇ ਪਣੇ ਹੁਣ ਸਾਰਾ ਪਰਿਵਾਰਾ ਸੇ ਇਕੱਠਾ ਰਹਿਨੇ ਹੈਗੇ ਆ ਦੋਵੇਂ ਪਰ ਘੱਟੋ ਘੱਟ ਸਾਨੂੰ ਹੋਵੇ ਕੋਈ 25 30 ਸਾਲ ਹੋ ਗਏ ਹੁਣ 30 ਸਾਲ ਹੋ ਗਏ ਤੇ ਕਿਤੇ ਕੋਈ ਪੈਸਿਆਂ ਦੀ ਨਹੀਂ ਗੀ ਕੁਛ ਵੀ ਨਹੀਂ ਐ ਫੋ ਜਾ ਕੁਛ ਕਿਤੇ ਮਾੜਾ ਮੂਲੀ ਜਣ ਕੇ ਤੇ ਬੋਲੇ ਆਪਸ ਵਿੱਚ ਦੋਵੇਂ ਭਰਾ ਜੀ ਮਾੜਾ ਜਿ ਕਿਤੇ ਬੋਲੇ ਹੋਈ ਹੈ ਤੇ ਹੁਣ ਇਹਦੋ ਬਾਦ ਹੁਣ ਕੀ ਬੋਲਣਾ ਹੁਣ ਉਹ ਤਾਂ 55 55 ਸਾਲ ਦੀ ਉਮਰ ਮੇਰੀ ਹੋ ਗਈ ਹੁਣ ਇਹਦੋ ਬਾਦ ਵੱਖ ਕਿਦੇ ਨਾਲ ਹੋਊਗਾ ਹੁਣ ਇਹਦੋ ਬਾਦ ਹੋਣੀ ਹੈ ਬੇਟਾ ਹੁਣ ਬਾਹਰ ਸੈਟਲ ਹੋ ਗਿਆ ਹੁਣ ਹੁਣ ਇਹ ਹੈਗਾ ਕਿ ਚਲੋ ਤੇ ਬੱਚੇ ਬਾਹਰ ਸੈਟਲ ਕਰ ਦੇਵਾ ਇਹ ਨੂੰ ਵੀ ਮਹਿਸੂਸ ਨਾ ਹੋਵੇ ਵੀ ਮੇਰੇ ਬੈਠੇ ਬਟੇ ਵੀ ਇਹਦੇ ਵਦੇ ਬੱਚੇ ਬਾਹਰ ਘੱਲਤੇ ਤੇ ਮੇਰੇ ਬੱਚੇ ਇੱਥੇ ਹੈਗੇ ਆ ਮੇਰੀ ਮਨ ਕਿ ਇਹ ਹੈਗਾ ਵੀ ਇਹਦੇ ਬੱਚੇ ਬਾਹਰ ਸੈਟਲ ਹੋਣ ਤੇ ਫੇਰ ਮੈਂ ਜਾ ਕੇ ਕਿਤੇ ਸੰਤੁਸ਼ਟੀ ਹੋ ਗਏ ਮੇਰੇ ਦਿਮਾਗ ਨੂੰ ਜਿਵੇਂ ਤੁਸੀਂ ਪਰਿਵਾਰ ਲਈ ਸੋਚਦੇ ਹੋ ਨਾ ਕਿ ਮੇਰਾ ਭਰਾ ਮੈਂ ਉਹਦੇ ਬੱਚੇ ਸੈਟਲ ਕਰ ਲੈਣਾ ਤੇ ਅਸੀਂ ਇਕੱਠੇ ਰਹਿਣਾ ਇਹਨਾਂ ਦੀ ਸੋਚ ਤੁਹਾਡੇ ਪਰਿਵਾਰ ਲਈ ਕਿਵੇਂ ਦੀ ਹੈ ਜਿਵੇਂ ਬਹੁਤ ਸਾਰੇ ਜਦੋਂ ਲੋਕ ਆਪਣੀ ਆਡੀਅנס ਦੇਖਦੀ ਆ ਹਨਾ ਉਹ ਕਹਿ ਦਿੰਦੇ ਕਿ ਨਹੀਂ ਸਕਰੀਨ ਤੇ ਤਾਂ ਪਤੀ ਪਤਨੀ ਇੱਕ ਦੂਜੇ ਦੀ ਤਾਰੀਫ ਕਰਦੇ ਹੁੰਦੇ ਹਨਾ ਤੇ ਪਰ ਉਹਨਾਂ ਨੂੰ ਲੱਗਦਾ ਹੁੰਦਾ ਵੀ ਜੇ ਸਾਡੇ ਘਰ 'ਚ ਮਸਲੇ ਨੇ ਤਾਂ ਇਹ ਕਿਵੇਂ ਹੋ ਸਕਦਾ ਵੀ ਜਿਹੜਾ ਬੰਦਾ ਸਕਰੀਨ ਤੇ ਬੈਠ ਕੇ ਆਪਣੀ ਕਹਾਣੀ ਸੁਣਾ ਰਿਹਾ ਉਹਦੇ ਘਰ 'ਚ ਮਸਲੇ ਨਹੀਂ ਹੋਣਗੇ ਤਾਂ ਤੁਹਾਡੇ ਭਰਾ ਲਈ ਤੁਹਾਡੀ ਭਰਜਾਈ ਲਈ ਉਹਨਾਂ ਦੇ ਬੱਚਿਆਂ ਲਈ ਇਹਨਾਂ ਦਾ ਸੁਭਾਅ ਕਿਵੇਂ ਦਾ